ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ, ਹੁਣ ਸ਼ੁਰੂਆਤ ਕਰ ਚੁੱਕੇ ਹਾਂ ਅਪਡੇਟ ਅਮਰੀਕਾ ਦੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤੇ, ਅੱਜ ਜਨਵਰੀ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 31 ਜਨਵਰੀ ਅਖੀਰਲੀ ਤਰੀਕ ਆ ਇਸ ਸਾਲ ਦੀ ਜਿਹੜੀ ਆ ਹੈਲਥ ਇੰਸ਼ੋਰੈਂਸ ਉਹ ਲੈਣ ਦੇ ਲਈ। ਜੇ ਇਸ ਸਾਲ ਹੈਲਥ ਇੰਸ਼ੋਰੈਂਸ ਤੁਸੀਂ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਅਗਲੇ ਸਾਲ ਟੈਕਸ ਭਰਨ ਮੌਕੇ ਕਾਫੀ ਭਾਰੀ ਜੁਰਮਾਨਾ ਜਿਹੜਾ ਆ ਉਹ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਦੇ ਲਈ, ਹੋਰ ਜਾਣਕਾਰੀ ਦੇ ਲਈ, ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰਕ, ਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁਖਾ ਸਿੰਘ ਗਾਖਰ, ਸਤਨਾਮ ਸਿੰਘ ਧਾਲੀਵਾਲ, ਬਿੰਦਰ ਧਾਲੀਵਾਲ, ਬੇਕਰ ਸਪੀਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਉਹਨਾਂ ਨੂੰ ਇੰਪੀਚਮੈਂਟ ਨੂੰ ਲੈ ਕੇ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਅੱਜ ਜਦੋਂ ਪ੍ਰੈਜੀਡੈਂਟ ਡੋਨਲਡ ਟਰੰਪ ਡੈਵੋਸ ਸਵਿਟਜ਼ਰਲੈਂਡ, ਜਿੱਥੇ ਵਰਲਡ ਇਕਨੋਮਿਕ ਫੋਰਮ ਹੋ ਰਹੀ ਆ, ਉੱਥੋਂ ਨਿਕਲੇ ਅਤੇ ਉਹ ਤੋਂ ਬਾਅਦ ਜਿਹੜੇ ਆ ਪੱਤਰਕਾਰ ਉਹਨਾਂ ਨੇ ਕੁਐਸਚਨ ਪੁੱਛੇ ਅਤੇ ਉਹਨਾਂ ਦੀ ਖਾਸ ਕਰਕੇ ਜਿਹੜੀ ਇੰਪੀਚਮੈਂਟ ਆ ਉਸ ਨੂੰ ਲੈ ਕੇ, ਅਤੇ ਉਹਨਾਂ ਨੇ ਕਿਹਾ ਵੀ ਮੈਂ ਪਸੰਦ ਕਰੂੰਗਾ ਵੀ ਸੈਨੇਟ ਚੈਂਬਰ ਦੇ ਵਿੱਚ ਬੈਠਾਂ ਅਤੇ ਜਿੱਥੇ ਹੀਅਰਿੰਗ ਹੋ ਰਹੀ ਆ ਅਤੇ ਜਿਹੜੇ ਕਰਪਟ ਫੇਸਿਸ ਆ, ਉਹਨਾਂ ਨੇ ਸ਼ਬਦ ਯੂਜ਼ ਕੀਤੇ ਆ, ਵੀ ਉਹਨਾਂ ਨੂੰ ਮੈਂ ਦੇਖਾਂ। ਪਰ ਕਹਿੰਦੇ ਪਤਾ ਨਹੀਂ ਹੁਣ ਮੇਰੇ ਜਿਹੜੇ ਅਟੋਰਨੀ ਆ ਇਸ ਨੂੰ ਅਲਾਓ ਕਰਨਗੇ ਕਿ ਨਹੀਂ। ਇਸ ਤਰ੍ਹਾਂ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਪਹਿਲਾਂ ਵੀ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ, ਜਦੋਂ ਰੋਬਰਟ ਮਿਊਲਰ ਦੇ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਰਸ਼ੀਆ ਦੀ ਇੰਟਰਫੀਰੈਂਸ ਦੀ ਇਲੈਕਸ਼ਨ ਦੇ ਵਿੱਚ, ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀ ਮੈਂ ਬੈਠਣਾ ਚਾਹੁੰਦਾ, ਪਰ ਫਿਰ ਉਹ ਬੈਠੇ ਨਹੀਂ। ਅਤੇ ਉਹਨਾਂ ਨੇ ਇਹ ਕਿਹਾ ਵੀ ਮੇਰੇ ਜਿਹੜੇ ਦੋਨੋਂ ਅਟੋਰਨੀ ਹੈਗੇ ਆ, ਪੈਟ ਸਿਪਲੋਨ ਅਤੇ ਜੇ ਸੈਕਲਵ, ਉਹਨਾਂ ਨੂੰ ਕਹਿੰਦੇ ਵੀ ਮੇਰੇ ਉੱਥੇ ਹਾਜ਼ਰ ਹੋਣ ਦੇ ਉੱਤੇ ਪ੍ਰੋਬਲਮ ਆ ਜੀ, ਉੱਥੇ ਪੋਟੈਂਸ਼ੀਅਲ ਅਪੀਅਰੈਂਸ ਦੇ ਲਈ ਜਿਹੜੀ ਉਹ ਹੋ ਸਕਦੀ ਆ। ਕਿਉਂਕਿ ਕਹਿੰਦੇ ਵੀ ਜੇ ਚੈਂਬਰ 'ਚ ਜਾਣਗੇ ਤਾਂ ਹੋਰ ਕਈ ਤਰੀਕੇ ਦੇ ਜਿਹੜੇ ਸਵਾਲ ਜਵਾਬ ਆ ਉਹਨਾਂ ਨੂੰ ਜਿਹੜੇ ਉਹ ਕੀਤੇ ਜਾ ਸਕਦੇ ਆ। ਅਤੇ ਜਿਹੜੀ ਟਰੰਪ ਹੁਣਾਂ ਦੀ ਜਿਹੜੀ ਲੀਗਲ ਟੀਮ ਆ ਉਹ ਚਾਹੁੰਦੀ ਨਹੀਂ ਆ ਵੀ ਉਹ ਚੀਜ਼ ਜਿਹੜੀ ਹੋਵੇ, ਤਾਂ ਹੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਵੇਲੇ ਵੀ ਜਿਹੜੇ ਲਿਖਤ ਹੀ ਜਿਹੜੇ ਆ ਸਵਾਲਾਂ ਦੇ ਜਵਾਬ ਆ ਉਹ ਰਾਸ਼ਟਰਪਤੀ ਟਰੰਪ ਦੇ ਕੋਲੋਂ ਜਿਹੜੇ ਮੰਗੇ ਗਏ ਸੀ। ਇਹੀ ਨਹੀਂ ਹਰਜੋਤ ਸਿੰਘ ਜੀ, ਜਿੰਨੇ ਵੀ ਆਪਾਂ ਜੇ ਦੇਖੀਏ ਵੀ ਜਿਹੜੇ ਕਹਿ ਲਓ ਵੀ ਰਾਈਟ ਵਿੰਗ ਵਾਲੇ ਜਿੰਨੇ ਵੀ ਜਰਨਲਿਸਟ ਵੀ ਹੈਗੇ ਆ ਜਾਂ ਆਪਣੀ ਰਾਏ ਦੇਣ ਵਾਲੇ ਹੈਗੇ ਨੇ, ਉਹ ਵੀ ਕਹਿੰਦੇ ਨੇ ਵੀ ਇਸ ਚੀਜ਼ ਦੇ ਵਿੱਚ ਤੁਹਾਨੂੰ ਬਿਲਕੁਲ ਸਾਹਮਣੇ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਜੀ। ਸੋ ਇਸੇ ਤਰ੍ਹਾਂ ਉਹਨਾਂ ਨੂੰ ਜਦੋਂ ਲੈਬ ਪਾਰਨਸ, ਜਿਹੜਾ ਰੂਡੀ ਜੁਲਿਆਨੀ, ਜਿਹੜੇ ਉਹਨਾਂ ਦੇ ਪਰਸਨਲ ਅਟੋਰਨੀ ਹੈਗੇ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੇ, ਉਹਦੇ ਬਾਰੇ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ ਵੀ ਮੈਂ ਉਹਨੂੰ ਫੋਟੋਆਂ ਨਾਲ ਜ਼ਰੂਰ ਉਹਨੂੰ ਕਈ ਵਾਰ ਖਿਚਾਈਆਂ, ਵੀ ਮੈਂ ਪਰਸਨਲੀ ਨਹੀਂ ਉਹਨੂੰ ਜਾਣਦਾ ਹੈਗਾ, ਫੰਡ ਰੇਜ਼ਿੰਗ 'ਤੇ ਇਕੱਠੇ ਹੁੰਦੇ ਆ, ਕਿਉਂਕਿ ਉਹ ਕਾਫੀ ਜਿਹੜਾ ਆ ਪੁਆਇੰਟ ਲੈ ਕੇ ਆ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਜਿਹੜੇ ਓਪੋਨੈਂਟਸ ਆ ਉਹਨਾਂ ਦੇ ਅਗੇਂਸਟ ਜਿਹੜਾ ਰੂਡੀ ਜੁਲਿਆਨੀ ਦੀ ਜਿਹੜੀ ਟੀਮ ਆ ਉਹ ਡਰਟ ਇਕੱਠੀ ਕਰ ਰਹੀ ਸੀ। ਬਿਲਕੁਲ, ਉਹਨੇ ਆ ਕੇ ਜਦੋਂ ਉਸਦਾ ਨਾਮ ਜਿਹੜਾ ਆਇਆ ਸੀ ਅਤੇ ਇਹੀ ਜਿਹੜੀ ਚਰਚਾ ਉਸਨੇ ਸਭ ਤੋਂ ਵੱਡੀ ਜਿਹੜੀ ਉਹ ਛੇੜੀ ਸੀ ਵੀ ਇਹ ਹੋ ਹੀ ਨਹੀਂ ਸਕਦਾ ਵੀ ਜਿਹੜੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਗੁਲਿਆਨੀ ਇਹਨਾਂ ਨੂੰ ਪਤਾ ਨਾ ਹੋਵੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਆ ਜ਼ੇਲੈਂਸਕੀ ਯੂਕਰੇਨ ਦਾ ਜਿਹੜਾ ਪ੍ਰੈਜੀਡੈਂਟ ਆ ਉਸ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਵੀ ਬਾਈਡਨ ਦੇ ਖਿਲਾਫ਼ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ। ਸੋ ਇਹ ਹਾਲ ਦੀ ਘੜੀ ਹੈ, ਹੁਣ ਇੰਪੀਚਮੈਂਟ ਦਾ ਟ੍ਰਾਇਲ ਜਿਹੜਾ ਆ ਉਹ ਆਰੰਭ ਹੋ ਚੁੱਕਾ ਆ। ਅਤੇ ਇਸੇ ਇੰਪੀਚਮੈਂਟ, ਸੈਨੇਟ ਇੰਪੀਚਮੈਂਟ ਟ੍ਰਾਇਲ ਦੇ ਉੱਤੇ ਜੇ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਚੀਫ਼ ਜਸਟਿਸ ਰੋਬਰਟਸ ਆ ਉਹ ਇਸ ਪੂਰੇ ਇੰਪੀਚਮੈਂਟ ਟ੍ਰਾਇਲ ਇਹਨਾਂ ਦੀ ਨਿਗਰਾਨੀ ਹੇਠ ਜਿਹੜਾ ਉਹ ਹੋ ਰਿਹਾ ਹੈ, ਕਿਉਂਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ, ਫਿਰ ਉਹਨਾਂ ਨੇ ਬਾਅਦ ਦੇ ਵਿੱਚ ਬਾਕੀਆਂ ਨੂੰ ਜਿਹੜੀ ਸਹੁੰ ਚੁਕਾ ਕੇ ਜਿਊਰੀ ਨੂੰ ਜਿਹੜਾ ਤਿਆਰ ਕੀਤਾ। ਜਿਊਰੀ ਕੀ ਆ ਵੀ ਜਿਹੜੇ 100 ਸੈਨੇਟਰਸ ਜਿਹੜੇ
ਹੈਗੇ ਨੇ ਵੀ ਉਹਨਾਂ ਨੇ ਬਾਅਦ ਦੇ ਵਿੱਚ ਡਿਸਾਈਡ ਕਰਨਾ ਸਾਰਿਆਂ ਦੇ ਦੋਨੋਂ ਪੱਖਾਂ ਦੇ ਜਿਹੜੇ ਆਰਗੂਮੈਂਟ ਆ ਉਹ ਸੁਣਨ ਤੋਂ ਬਾਅਦ 'ਚ। ਕੱਲ੍ਹ ਕਹਿੰਦੇ ਵੀ ਜਿਹੜਾ ਸੈਨੇਟ ਇੰਪੀਚਮੈਂਟ ਟ੍ਰਾਇਲ ਦੀ ਜਿਹੜੀ ਆਰੰਭਤਾ ਹੋਈ 12 ਘੰਟੇ ਤੋਂ ਵੱਧ ਜਿਹੜਾ ਪਹਿਲਾ ਦਿਨ ਜਿਹੜਾ ਚੱਲਿਆ ਮਿਡ ਨਾਈਟ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਸੈਨੇਟ ਦੇ ਵਿੱਚ ਆਪੋ ਆਪਣੀ ਜਿਹੜੀ ਗੱਲਬਾਤ ਉਹ ਕਹੀ ਜਾ ਰਹੀ ਸੀ। ਇਹੀ ਨਹੀਂ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਇਹ ਜਿਹੜਾ ਇੰਪੀਚਮੈਂਟ ਟ੍ਰਾਇਲ ਆਰਗੂਮੈਂਟਸ ਇੱਕ ਟਾਈਮ ਦੇ ਉੱਤੇ ਜਿਹੜਾ ਸੈਸ਼ਨ ਆ ਉਹ ਰੌਲੇ ਰੱਪੇ ਦੇ ਵਿੱਚ ਸ਼ਾਊਟਿੰਗ ਮੈਚ ਦੇ ਵਿੱਚ ਵੀ ਤੂੰ ਆਹ ਕਰਤਾ ਤੂੰ ਆਹ ਕਰਤਾ, ਦੋਨੋਂ ਹੀ ਪੱਖਾਂ ਇੱਕ ਦੂਜੇ ਨੂੰ ਜਿਹੜਾ ਆ ਸ਼ਾਊਟ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ। ਇੱਕ ਪਾਸੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਲੀਗਲ ਟੀਮ ਆ ਉਹਨਾਂ ਨੇ ਜਿਹੜੇ ਡੈਮੋਕਰੇਟ ਪਾਰਟੀ ਦੇ ਦੁਆਰਾ ਲਾਏ ਗਏ ਮੈਨੇਜਰ ਉਹਨਾਂ ਦੇ ਉੱਤੇ ਨਜ਼ਲਾ ਝਾੜਿਆ। ਡੈਮੋਕਰੇਟ ਪਾਰਟੀ ਦੇ ਜਿਹੜੇ ਮੈਨੇਜਰ ਜੈਰੀ ਨੈਡਲਰ, ਚੱਕ ਸ਼ੂਮਰ, ਹੋਰ ਸਾਰੇ ਜਾਣੇ ਉਹਨਾਂ ਨੇ ਦੂਜੇ ਪੱਖ ਦੇ ਉੱਤੇ ਜਿਹੜਾ ਉਹ ਨਜ਼ਲਾ ਜਿਹੜਾ ਉਹ ਝਾੜਿਆ। ਅਤੇ ਇਸ ਵਿੱਚ ਨੈਡਲਰ ਕਹਿੰਦੇ ਆ ਵੀ ਉਹਨਾਂ ਨੇ 8th ਅਮੈਂਡਮੈਂਟ ਜਿਹੜੀ ਹੈਗੀ ਆ ਉਸ ਦੀ ਜਿਹੜੀ ਇਸ ਦੇ ਵਿੱਚ ਸਪੋਰਟ ਕੀਤੀ, ਜਿਹੜੀ ਕਿ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਦੇ ਦੁਆਰਾ ਜਿਹੜਾ ਇਸ ਨੂੰ ਚੱਕਿਆ ਗਿਆ ਸੀਗਾ। ਅਤੇ ਮਿਡਨਾਈਟ ਹੋਣ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਆ ਇਹ ਟ੍ਰਾਇਲ ਨੂੰ ਲੈ ਕੇ ਆਰਗੂਮੈਂਟ ਆ ਉਹ ਚੱਲਦੇ ਰਹੇ। ਇਹਨਾਂ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਜਿਹੜੇ ਮਾਣਯੋਗ ਚੀਫ ਜਸਟਿਸ ਰੌਬਰਟਸ ਆ ਉਹਨਾਂ ਨੇ ਬੜੀ ਹੀ ਕੜੇ ਸ਼ਬਦਾਂ ਦੇ ਵਿੱਚ ਦੋਨਾਂ ਹੀ ਪੱਖਾਂ ਦੀ ਜਿਹੜੀ ਉਹਨਾਂ ਨੇ ਨਿੰਦਾ ਕੀਤੀ। ਉਹਨਾਂ ਨੇ ਚੇਤਾਵਨੀ ਜਿਹੜੀ ਇਹਨਾਂ ਨੂੰ ਦਿੱਤੀ ਵੀ ਤੁਸੀਂ ਭੁੱਲੋ ਨਾ ਵੀ ਤੁਸੀਂ ਵਿਸ਼ਵ ਦੇ ਕਿਹੜੇ ਮੁਲਕ ਦੇ ਜਿਹੜੀ ਤੁਸੀਂ ਸੈਨੇਟ ਦੇ ਵਿੱਚ ਆ ਕੇ ਇਸ ਟਾਈਮ ਬੋਲ ਰਹੇ ਹੋ, ਤੁਹਾਨੂੰ ਜਿਹੜੀ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਆ ਵੀ ਇਸ ਦੀ ਜਿਹੜੀ ਮਰਿਆਦਾ ਆ ਉਸ ਨੂੰ ਤੁਸੀਂ ਭੁੱਲੋ ਨਾ ਵੀ ਕਿਸ ਤਰੀਕੇ ਦੇ ਨਾਲ ਇਹ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖਣ ਵਾਲੀ ਜਿਹੜੀ ਗੱਲ ਰਹੇਗੀ ਵੀ ਵੀ ਕਿਸ ਤਰੀਕੇ ਦੇ ਨਾਲ ਓਵਰਆਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੀਫ ਜਸਟਿਸ ਦੀ ਇਸ ਤਰੀਕੇ ਦੇ ਨਾਲ ਚੇਤਾਵਨੀ ਤੋਂ ਬਾਅਦ 'ਚ ਕੋਈ ਅਸਰ ਇਹਨਾਂ ਦੇ ਉੱਤੇ ਪੈਂਦਾ ਆ ਜਾਂ ਨਹੀਂ ਪੈਂਦਾ। ਮਿਚ ਮਕੋਨਲ ਹੁਣਾਂ ਦੇ ਦੁਆਰਾ ਕੱਲ੍ਹ ਜਿਹੜਾ ਇੱਕ ਰੈਜੋਲਿਊਸ਼ਨ ਲਿਆਂਦਾ ਗਿਆ ਸੀ ਜਿਸ ਦੇ ਵਿੱਚ 4 ਪੇਜਾਂ ਦਾ ਜਿਹੜਾ ਰੈਜੋਲਿਊਸ਼ਨ ਸੀਗਾ ਵੀ ਕਿਸ ਕਿਸ ਤਰੀਕੇ ਦੇ ਨਾਲ ਇਹ ਪੂਰਾ ਟ੍ਰਾਇਲ ਜਿਹੜਾ ਰਨ ਕਰੇਗਾ, ਉਹ ਕਹਿੰਦੇ ਇਵੈਂਚੁਅਲੀ ਪਾਰਟੀ ਲਾਈਨ ਦੇ ਉੱਤੇ ਜਿਹੜਾ ਉਸ ਦੇ ਉੱਤੇ ਵੋਟ ਜਿਹੜੀ ਪਈ 47 ਦੇ ਮੁਕਾਬਲੇ 53 ਜਿਹੜੀਆਂ ਵੋਟਾਂ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਸ ਰੈਜੋਲਿਊਸ਼ਨ ਦੇ ਹੱਕ ਦੇ ਵਿੱਚ ਪਾਈਆਂ ਅਤੇ ਇਸ ਰੈਜੋਲਿਊਸ਼ਨ ਨੂੰ ਸੈਨੇਟ ਦੇ ਵਿੱਚ ਅਡੋਪਟ ਕਰ ਲਿਆ ਗਿਆ ਵੀ ਇੰਪੀਚਮੈਂਟ ਟ੍ਰਾਇਲ ਦੀ ਰੂਪ ਰੇਖਾ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਹੋਵੇਗੀ। ਸੋ ਤੜਕੇ 1:30 ਫਿਰ ਉਹ ਘਰਾਂ ਨੂੰ ਗਏ ਹੈਗੇ, ਅੱਜ ਫਿਰ 11 ਜਿਹੜਾ ਟ੍ਰਾਇਲ ਸ਼ੁਰੂ ਹੋ ਜਾਣਾ ਹੈਗਾ ਇੰਪੀਚਮੈਂਟ ਦੀ। ਉਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਵੀ ਜਸਟਿਸ ਜੌਨ ਰੌਬਰਟਸ ਜਿਹੜੇ ਆ ਉਹਨਾਂ ਨੇ ਸਪੈਸ਼ਲ ਇੰਸਟਰਕਸ਼ਨ ਇਸ਼ੂਜ਼ ਕੀਤੀਆਂ ਅਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਸ਼ਬਦ ਪੈਟੀ ਫੋਗਿੰਗ ਯੂਜ਼ ਕੀਤਾ। ਪੈਟੀ ਫੋਗਿੰਗ ਜਿਹੜਾ ਆ ਕਹਿੰਦੇ ਵੀ ਮੈਰੀਅਮ ਵੈਬਸਟਰ ਡਿਕਸ਼ਨਰੀ ਦੇ ਮੁਤਾਬਕ ਹੁੰਦਾ ਵੀ ਥੋੜ੍ਹੀ ਜਿਹੀ ਚੀਜ਼ ਦੇ ਲਈ ਵੀ ਬਹੁਤ ਜ਼ਿਆਦਾ ਤੁਸੀਂ ਚਿੰਤਾ ਕਰਨੀ, ਹੈ ਨਾ, ਵੀ ਮਾੜੀ ਜਿਹੀ ਚੀਜ਼ ਨੂੰ ਵੱਡਾ ਸ਼ੋਅ ਕਰਨਾ ਵੀ ਇਹ ਨਾ ਕਰੋ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੀ ਤੁਸੀਂ ਤੁਹਾਡੀ ਗੱਲਬਾਤ ਆ ਦੋਨਾਂ ਪਾਰਟੀਆਂ ਦੇ ਜਿਹੜੇ ਸੈਨੇਟਰਸ ਹੈਗੇ ਆ ਜਾਂ ਉਹਨਾਂ ਦੇ ਵਕੀਲ ਹੈਗੇ ਆ, ਖਾਸ ਕਰਕੇ ਉਹਨਾਂ ਨੇ ਲੀਗਲ ਟੀਮ ਨੂੰ ਕਿਹਾ ਵੀ ਇਹ ਅਪਰੋਪਰੀਏਟ ਨਹੀਂ ਹੈਗੀ, ਇਹ ਗੁੱਡ ਨਹੀਂ ਹੈਗੀ, ਅਤੇ ਇਹ ਤੁਸੀਂ ਇੱਕ ਹਿਸਟੋਰੀਕਲ ਐਗਜ਼ਾਮਪਲ ਜਿਹੜੀ ਆ ਬੈਡ ਬਿਹੇਵੀਅਰ ਦੀ ਸੈਟਅਪ ਕਰ ਰਹੇ ਹੈਗੇ। ਸੋ ਅੱਜ ਦਾ ਦਿਨ ਅਤੇ ਆਉਣ ਵਾਲੇ ਦਿਨ ਹੁਣ ਕਾਫੀ ਜਿਹੜੇ ਅਹਿਮ ਹੈਗੇ ਨੇ। ਮਿਚ ਮਕੋਨਲ ਦੇ ਇਸ ਰੈਜੋਲਿਊਸ਼ਨ ਦੇ ਤਹਿਤ ਇਹ ਜਿਹੜਾ ਟ੍ਰਾਇਲ ਆ ਬਹੁਤਾ ਲੰਮਾ ਸਮਾਂ ਜਿਹੜਾ ਸ਼ਾਇਦ ਉਹ ਨਾ ਚੱਲੇ, ਦੋਨਾਂ ਹੀ ਧਿਰਾਂ ਨੂੰ ਕੁਛ ਕੁਛ ਦਿਨਾਂ ਦਾ ਜਿਹੜਾ ਇਸ ਦੇ ਵਿੱਚ ਵਕਫਾ ਜਿਹੜਾ ਉਹ ਮਿਲੇਗਾ ਜਿਸ ਦੇ ਵਿੱਚ ਉਹ ਆਪਣੇ ਆਰਗੂਮੈਂਟ ਰੱਖਣਗੇ ਜਿਹੜੇ ਰਾਸ਼ਟਰਪਤੀ ਟਰੰਪ ਦੀ ਲੀਗਲ ਟੀਮ ਅਤੇ ਜਿਹੜੇ ਪ੍ਰੋਸੀਕਿਊਟਰ ਅਤੇ ਡਿਫੈਂਸ ਬੇਸਿਕਲੀ ਦੋਨਾਂ ਹੀ ਪੱਖਾਂ ਨੂੰ ਜਿਨ੍ਹਾਂ ਦੀ ਜਿਹੜੀ ਨਿਗਰਾਨੀ ਇਸ ਸੁਣਵਾਈ ਦੀ ਪੂਰੀ ਚੀਫ ਜਸਟਿਸ ਰੌਬਰਟਸ ਜਿਹੜੇ ਉਹ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਕੁਛ ਕੁ ਘੰਟਿਆਂ ਦੇ ਜਿਹੜਾ ਮੌਕਾ ਮਿਲੇਗਾ ਉਹਦੇ ਵਿੱਚ, ਇਹਦੇ ਵਿੱਚ ਇਹ ਹੁੰਦਾ ਵੀ ਜਿਹੜੀ ਜਿਊਰੀ ਆ ਉਹ ਖੁਦ ਨਹੀਂ ਬੋਲਦੀ ਹੁੰਦੀ, ਉਹਨਾਂ ਨੇ ਕੋਈ ਵੀ ਸਵਾਲ ਹੁੰਦਾ ਦੋਨਾਂ ਹੀ ਪੱਖਾਂ ਨੂੰ ਜਿਹੜਾ ਪੁੱਛਣਾ ਆ ਉਹ ਲਿਖ ਕੇ ਜਿਹੜਾ ਉਹਨਾਂ ਨੂੰ ਪੁੱਛਿਆ ਜਾਂਦਾ ਆ। ਸੋ ਉਹਨਾਂ ਨੂੰ ਕੁਛ ਘੰਟਿਆਂ ਦਾ ਸਮਾਂ ਜਿਹੜਾ ਇਸ ਦੇ ਵਿੱਚ ਦਿੱਤਾ ਜਾਵੇਗਾ ਵੀ ਤੁਸੀਂ ਆਪਣੇ ਸਵਾਲ ਜਿਹੜੇ ਉਹਨਾਂ ਨੂੰ ਪੁੱਛੋ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਵਾਬ ਸੁਣਨ ਤੋਂ ਬਾਅਦ ਦੇ ਵਿੱਚ ਇਨ ਦੀ ਐਂਡ ਇਸ ਇੰਪੀਚਮੈਂਟ ਟ੍ਰਾਇਲ ਦੇ ਉੱਤੇ ਜਿਹੜੀ ਉਹ ਵੋਟ ਆ ਉਹ ਹੋਵੇਗੀ। ਅਤੇ ਫਿਰ ਜੇ 67 ਵੋਟਾਂ ਇੱਕ ਹੱਕ ਦੇ ਵਿੱਚ ਆਉਂਦੀਆਂ ਇੰਪੀਚਮੈਂਟ ਦੇ ਹੱਕ ਦੇ ਵਿੱਚ, ਫਿਰ ਹੀ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਹਟਾਇਆ ਜਾ ਸਕਦਾ ਆ। ਅਤੇ ਜਿਸ ਦੇ ਹੋਣ ਦੇ ਆਸਾਰ ਜਿਹੜੇ ਇਸ ਟਾਈਮ ਬਿਲਕੁਲ ਵੀ ਨਜ਼ਰ ਜਿਹੜੇ ਉਹ ਨਹੀਂ ਆ ਰਹੇ। ਬਿਲਕੁਲ ਦੱਸਦੇ ਜੀ 47 ਜਿਹੜੇ ਡੈਮੋਕਰੇਟ ਸੈਨੇਟਰਸ ਹੈਗੇ ਉਹਨਾਂ ਨੂੰ 20 ਦੇ ਕਰੀਬ ਜਿਹੜੇ ਆ ਰਿਪਬਲਿਕਨ ਸੈਨੇਟਰ ਚਾਹੀਦੇ ਹੈਗੇ ਆ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਸਾਈਡ ਤੇ ਕਰਨ ਲਈ। ਬਿਲਕੁਲ, ਇਸ ਰੈਜੋਲਿਊਸ਼ਨ ਦੇ ਹੱਕ ਦੇ ਵਿੱਚ 4 ਜਿਹੜੇ ਆ ਉਹ ਰਿਪਬਲਿਕਨ ਨੇ ਜਿਟਾ ਪਾਏ ਅਤੇ ਇੰਪੀਚਮੈਂਟ ਦੇ ਹੱਕ ਦੇ ਵਿੱਚ 20 ਜਿਟਾ ਸਕਣਗੇ।
ਇਹ ਵੀ ਇੱਕ ਕਾਫੀ ਵੱਡਾ ਉਹਨਾਂ ਦੇ ਲਈ ਪ੍ਰਸ਼ਨ ਚਿੰਨ ਹੈਗਾ ਆ ਜੀ। ਅਗਲੀ ਜਿਹੜੀ ਆ ਖਬਰ ਵੱਲ ਚੱਲੀਏ, ਜਿਹੜੀ ਵਾਇਰਸ ਆ ਕੋਰੋਨਾ ਵਾਇਰਸ ਜਿਹੜੀ ਆ ਉਸ ਨੇ ਜਿਹੜੀ ਆ ਚਾਈਨਾ 'ਚ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਸਹਿਮ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਆ। ਹੁਣ ਤੱਕ 17 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ, 400 ਦੇ ਕਰੀਬ ਲੋਕ ਜਿਹੜੇ ਇਹਦੇ ਇਫੈਕਟਡ ਹੈਗੇ ਆ। ਅਤੇ ਲੇਟਲੀ ਇੱਕ ਖਬਰ ਸਿਆਟਲ ਤੋਂ ਵੀ ਆ ਰਹੀ ਵੀ ਸਿਆਟਲ ਦੇ ਵਿੱਚ ਇੱਕ ਜਿਹੜਾ ਆ ਇਸ ਵਾਇਰਸ ਦਾ ਮਰੀਜ਼ ਜਿਹੜਾ ਆ ਉਹ ਲੱਭਿਆ ਗਿਆ ਹੈਗਾ। ਸੋ ਜਦੋਂ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਕੰਟਰੋਲ ਦੇ ਵਿੱਚ ਆ, ਪਰ ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਵੀ ਸੀ ਵੀ ਲੋਕ ਹੁਣ ਚਾਈਨਾ ਨੂੰ ਜਾਣ ਤੋਂ ਘਬਰਾ ਰਹੇ ਆ। ਅਤੇ ਕੱਲ੍ਹ ਇੱਕ ਏਅਰਲਾਈਨ ਜਿਹੜੀ ਹੈਗੀ ਆ ਉਹਦਾ ਸਟਾਕ ਕਾਫੀ ਥੱਲੇ ਚੱਲ ਗਿਆ ਸੀ ਕਿਉਂਕਿ ਲੋਕਾਂ ਨੇ ਆਪਣੀਆਂ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਕਰ ਦਿੱਤੀਆਂ ਆ ਜੀ। ਬਿਲਕੁਲ, ਸੋ ਇਹ ਹੁਣ ਦੇਖਦੇ ਹਾਂ ਕਿ ਜਿਹੜਾ ਉੱਥੇ ਬਣਦਾ 550 ਦੇ ਕੇਸ ਕਨਫਰਮਡ ਕੇਸ ਜਿਹੜੇ ਆ ਉਹ ਉੱਥੇ ਹੈਗੇ ਆ, ਅਤੇ ਕਾਫੀ ਕਹਿੰਦੇ ਵੀ ਇਹ ਇਨਫੈਕਸ਼ਨ ਕੰਟੇਜੀਅਸ ਵੀ ਜਿਹੜੀ ਆ ਉਹ ਬਣ ਸਕਦੀ ਹੈਗੀ ਆ। ਲੋਕ ਉੱਦਾਂ ਹੋਰ ਮੁਲਕਾਂ ਨੂੰ ਤਾਂ ਜਿਹੜਾ ਟਰੈਵਲ ਜਿਹੜੇ ਉਹ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਲੋਕ ਨਹੀਂ ਜਿਹੜੇ ਡਰ ਰਹੇ, ਪਰ ਖਾਸ ਕਰਕੇ ਜਿਹੜੇ ਚਾਈਨਾ ਵਾਲਿਓਂ ਪਾਸਿਓਂ ਆ ਰਹੇ ਨੇ ਜਾਂ ਉੱਧਰ ਜਾ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਇੱਕ ਟੈਨਸ਼ਨ ਜਿਹੜੀ ਉਹ ਬਣੀ ਪਈ ਹੈ। ਪਹਿਲੀ ਵਾਰੀ ਨਹੀਂ ਆ ਹਰਜੋਤ ਸਿੰਘ ਜੀ ਵੀ ਇੱਕ ਥਾਂ ਦੇ ਉੱਤੋਂ ਵਾਇਰਸ ਚੱਲਿਆ ਹੋਵੇ ਅਤੇ ਬਾਕੀ ਮੁਲਕਾਂ ਦੇ ਵਿੱਚ ਜਿਹੜਾ ਉਹ ਫੈਲ ਜਿਹੜਾ ਉਹ ਜਾਂਦਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ CDC ਨੇ ਵੀ ਕਨਫਰਮ ਕੀਤਾ ਵੀ ਇੱਕ ਜਿਹੜਾ ਅਮੈਰੀਕਾ ਦੇ ਵਿੱਚ ਆਲਰੇਡੀ ਜਿਹੜਾ ਕਰੋਨਾ ਵਾਇਰਸ ਆ ਉਹ ਆ ਚੁੱਕਾ ਹੋਇਆ ਹੈ, ਉਸਦਾ ਕੇਸ ਜਿਹੜਾ ਉਹ ਸਾਹਮਣੇ ਉਹਨਾਂ ਦੇ ਨਜ਼ਰ ਆਇਆ ਆ। ਸੋ ਬਿਲਕੁਲ ਜਿਹੜਾ ਇੱਕ ਅਮੈਰੀਕਨ ਰੈਜੀਡੈਂਟ ਜਿਹੜਾ ਆ ਉਹ ਉਸਨੂੰ ਜਿਹੜਾ ਟਕੋਮਾ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਜਿਹੜਾ ਕੁਆਰੰਟਾਈਨ ਕੀਤਾ ਗਿਆ ਅਤੇ ਉਹ ਕਹਿੰਦੇ ਵੀ ਉਹ ਸੇਮ ਰੀਜਨ ਜਿਹੜਾ ਚਾਈਨਾ ਦਾ ਹੈਗਾ ਆ ਵੂਹਾਨ ਰੀਜਨ ਉੱਥੇ ਉਸਨੇ ਵਿਜ਼ਿਟ ਕੀਤਾ ਸੀ। ਅਤੇ 4 ਹੋਰ ਮੁਲਕਾਂ ਦੇ ਵਿੱਚ ਜਿਹੜੀ ਆ ਇਹ ਵਾਇਰਸ ਜਿਹੜੀ ਪਹੁੰਚ ਗਈ ਹੈਗੀ ਆ। ਸੋ ਚਾਈਨਾ ਤੋਂ ਇਹ ਹੌਲੀ ਹੌਲੀ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ ਜੀ। ਬਿਲਕੁਲ, ਸੋ ਬੀਜਿੰਗ, ਸ਼ੰਘਾਈ, ਮਕਾਓ, ਹਾਂਗਕਾਂਗ ਇਹ ਜਿਹੜਾ ਇਹਨਾਂ ਜਿਹੜੇ ਮੁਲਕਾਂ ਦੇ ਵਿੱਚ ਜਿਹੜੇ ਵਾਇਰਸ ਆ ਉਹ ਫੈਲ ਰਿਹਾ ਆ। ਕਿਉਂਕਿ ਅੱਜ ਕੱਲ੍ਹ ਇਹ ਆ ਹਰਜੋਤ ਸਿੰਘ ਜੀ, ਲੋਕ ਟਰੈਵਲ ਬਹੁਤ ਕਰਦੇ ਨੇ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ, ਈਜ਼ੀ ਆ, ਆਸਾਨ ਆ, ਸੋ ਉਹਦੇ ਕਰਕੇ ਇਸ ਦਾ ਫੈਲਣ ਦਾ ਜਿਹੜਾ ਖਤਰਾ ਹੈ ਹੋਰ ਵੀ ਜ਼ਿਆਦਾ ਵੱਧ ਜਾਂਦਾ ਆ। ਅੱਜ ਕਹਿੰਦੇ ਵਰਲਡ ਹੈਲਥ ਔਰਗਨਾਈਜੇਸ਼ਨ ਵਾਲਿਆਂ ਦੀ ਵਿਸ਼ੇਸ਼ ਤੌਰ ਦੇ ਉੱਤੇ ਇਸੇ ਦੇ ਬਾਬਤ ਮੀਟਿੰਗ ਹੋ ਰਹੀ ਆ ਵੀ ਕੀ ਜਿਹੜਾ ਇਸ ਕਰੋਨਾ ਵਾਇਰਸ ਆ ਉਸ ਦੀ ਆਊਟਬ੍ਰੇਕ ਆ ਜਿਹੜਾ ਇਹ ਫੈਲਿਆ ਆ ਵੀ ਇਸ ਨੂੰ ਵਿਸ਼ਵ ਦੀ ਆਲਮੀ ਹੈਲਥ ਐਮਰਜੈਂਸੀ ਜਿਹੜੇ ਆ ਉਹ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ। ਅਤੇ ਜਿਸ ਰਫ਼ਤਾਰ ਦੇ ਨਾਲ ਜਿਹੜਾ ਉਹ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ ਨੇ ਅਤੇ ਜਿਸ ਹਿਸਾਬ ਦੇ ਨਾਲ ਕੇਸ ਸਾਹਮਣੇ ਆ ਰਹੇ ਆ ਅਤੇ ਇਹ ਇੱਕ ਬਿਲਕੁਲ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਖਾਸ ਕਰਕੇ ਜਿਹੜੇ ਲੋਕ ਟਰੈਵਲ ਕਰ ਰਹੇ ਨੇ, ਚਾਹੇ ਡੋਮੈਸਟਿਕ ਹੋ ਅਤੇ ਚਾਹੇ ਤੁਸੀਂ ਇੰਟਰਨੈਸ਼ਨਲ ਜਿਹੜਾ ਜਿਨ੍ਹਾਂ ਨੇ ਟਰੈਵਲ ਕਰਨਾ ਹੈ ਜਾਂ ਕਰ ਰਹੇ ਹੋ, ਆਪਣੇ ਜਿਹੜੇ ਖਾਸ ਕਰਕੇ ਇਰਦ ਗਿਰਦ ਅਤੇ ਆਪਣੇ ਹੱਥ ਪੈਰ ਜਿਹੜੇ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਧੋਵੋ ਵਗੈਰਾ, ਇਸ ਚੀਜ਼ ਦਾ ਜਿਹੜਾ ਖਿਆਲ ਆ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਜਾਵੇ, ਸੈਨੇਟਾਈਜ਼ ਵਗੈਰਾ ਜਿਹੜਾ ਨਾਲ ਰੱਖੋ ਤਾਂ ਜੋ ਜਿੰਨਾ ਖੁਦ ਨੂੰ ਬਚਾ ਸਕਦੇ ਹੋ ਆਪਾਂ ਜਿਹੜਾ ਉਹ ਬਚਾ ਸਕੀਏ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਸਾਲਾਂ 'ਚ ਆਪਾਂ ਦੱਸਦੇ ਰਹੇ ਹਾਂ ਵੀ 5 ਦੇ ਕਰੀਬ ਜਿਹੜੇ ਪੰਜ ਦੇ ਕਰੀਬ ਜਿਹੜੇ ਮੁਲਕ ਆ ਉੱਥੇ ਦੇ ਜਿਹੜੇ ਰੈਜੀਡੈਂਟ USA ਨੂੰ ਆਉਂਦੇ ਆ ਉਹਨਾਂ ਦੇ ਉੱਤੇ ਮੁਲਕਾਂ ਦੇ ਉੱਤੇ ਬੈਨ ਲਾਇਆ ਸੀ। ਅਤੇ ਅੱਜ ਪ੍ਰੈਜੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਜਿਹੜੀ ਵਰਲਡ ਇਕਨੋਮਿਕ ਕਾਨਫਰੰਸ ਸਵਿਟਜ਼ਰਲੈਂਡ 'ਚ ਹੋ ਰਹੀ ਆ ਉਹ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਜਿਹੜਾ ਸਾਨੂੰ ਮੁਲਕ ਜਿਹੜਾ ਸਾਡਾ US ਉਹ ਸੇਫ ਰਹਿਣਾ ਚਾਹੀਦਾ ਆ, ਵੀ ਹੈਵ ਟੂ ਬੀ ਸੇਫ, ਅਵਰ ਕੰਟਰੀ ਹੈਜ਼ ਟੂ ਬੀ ਸੇਫ। ਸੋ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਦੁਨੀਆ 'ਚ ਕੀ ਕੁਝ ਵਾਪਰਿਆ, ਉਹਨੂੰ ਦੇਖਦੇ ਹੋਏ ਅਸੀਂ ਹੋਰ ਮੁਲਕਾਂ ਦੇ ਉੱਤੇ ਜਿਹੜੀ ਆ ਟਰੈਵਲ ਜਿਹੜੀ ਆ ਬੈਨ ਲਾਉਣ ਜਾ ਰਹੇ ਹੈਗੇ ਹਾਂ, ਬਲੈਕ ਲਿਸਟ ਕਰਨ ਜਾ ਰਹੇ ਆ ਮੁਲਕ। ਅਤੇ ਵਾਲ ਸਟਰੀਟ ਜਰਨਲ ਨੇ ਇਹ ਲਿਸਟ ਜਿਹੜੀ ਆ ਉਹ ਪ੍ਰਾਪਤ ਕੀਤੀ ਹੈਗੀ ਆ। ਅਤੇ ਉਸ ਲਿਸਟ ਦੇ ਵਿੱਚ ਜਿਹੜੇ ਮੁਲਕ ਬਲੈਕ ਲਿਸਟ ਹੋ ਸਕਦੇ ਹੈਗੇ ਆ ਜਿੱਥੋਂ ਲੋਕ USA 'ਚ ਆਉਂਦੇ ਹੈਗੇ ਆ ਉਹ ਬੈਲਰੂਸ, ਅਰਟਰੀਆ, ਇਹ ਸਾਰਿਆਂ ਨੂੰ ਪਤਾ ਹੀ ਆ ਸੋਮਾਲੀਆ ਅਰਟਰੀਆ ਦੇ ਉੱਥੇ ਬਾਰਡਰ ਦੇ ਉੱਤੇ ਇੱਥੇ ਲੜਾਈਆਂ ਬਹੁਤ ਹੁੰਦੀਆਂ ਰਹਿੰਦੀਆਂ, ਇੱਕ ਕਿਰਗਿਸਤਾਨ ਜਾਂ ਮਾਇਨਮਾਰ ਜਿਹਨੂੰ ਬਰਮਾ ਵੀ ਪਹਿਲਾਂ ਆਖਿਆ ਜਾਂਦਾ ਸੀ, ਨਾਈਜੀਰੀਆ, ਸੁਡਾਨ, ਟਨਜ਼ਾਨੀਆ। ਸੋ ਅਫਰੀਕਾ ਦੇ ਮੁਲਕਾਂ ਦੇ ਨਾਲ ਇੱਕ ਜਿਹੜਾ ਮੁਲਕ ਜਿਹੜਾ ਏਸ਼ੀਆ ਦੇ ਵਿੱਚੋਂ ਜਿਹੜਾ ਆ ਉਹ ਇਹ ਰੱਖਿਆ ਹੋਇਆ ਆ ਵੀ ਇਹ ਇੱਥੋਂ ਦੇ ਜਿਹੜੇ ਮੁਲਕਾਂ ਨੂੰ ਜਿਹੜਾ ਆ ਉਹ ਬਲੈਕ ਲਿਸਟ, ਜਿਹੜਾ 7 ਹੋਰ ਮੁਲਕਾਂ ਨੂੰ ਇਸ ਦੇ ਵਿੱਚ ਜਿਹੜਾ ਬਲੈਕ ਲਿਸਟ ਆ ਉਹ ਕੀਤਾ ਜਾ ਸਕਦਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਕਿਸ ਤਰੀਕੇ ਦੇ ਜਿਹੜਾ ਆ ਉਹ ਕੰਮ ਚੱਲਦਾ ਆ। ਆਲਰੇਡੀ ਹਰਜੋਤ ਸਿੰਘ ਜੀ ਖਬਰਾਂ ਇੰਨੀਆਂ ਕੁ ਜ਼ਿਆਦਾ ਆ ਵੀ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਮਸਲੇ ਦੇ ਉੱਤੇ ਜਿਹੜਾ ਵਿਰੋਧ ਕਰਨਾ ਹੈ ਅਤੇ ਕਿਹੜਾ ਨਹੀਂ, ਕਿਹੜੀ ਕਿਹੜੀ ਚੀਜ਼ ਦੇ ਉੱਤੇ ਕੀ ਕੁਛ ਹੋ ਰਿਹਾ। ਸੋ
ਇਹਨਾਂ ਹੁਣ ਨਾਈਜੀਰੀਆ ਤੋਂ ਦੇਖੋ, ਨਾਈਜੀਰੀਆ ਤੋਂ ਬਹੁਤ ਵੱਡੀ ਗਿਣਤੀ 'ਚ ਲੋਕ USA 'ਚ ਰਹਿੰਦੇ ਆ, ਸੋ ਇਹ ਮਾਇਨਮਰ ਤਾਂ ਸਮਝ ਪੈਂਦਾ ਹੈ ਵੀ ਉੱਥੇ ਦੇ ਰੋਹਿੰਗਿਆ ਉਹਨਾਂ ਨੇ ਇੰਨਾ ਜ਼ਿਆਦਾ ਜ਼ੁਲਮ ਕੀਤਾ। ਸੋ ਮੇਨ ਉਹਨਾਂ ਨੇ ਸਿਕਿਉਰਿਟੀ ਦਾ ਰੀਜ਼ਨ ਦੱਸਿਆ ਹੈਗਾ ਆ, ਕਹਿੰਦੇ ਵੀ ਜੇ US ਦੇ ਜਿਹੜੇ ਇਮੀਗ੍ਰੇਸ਼ਨ ਪ੍ਰੋਗਰਾਮਸ, ਉਹ ਕਹਿੰਦੇ ਵੀ ਜੇ ਸਿਕਿਉਰਿਟੀ ਅਤੇ ਖਾਸ ਕਰਕੇ ਕਾਊਂਟਰ ਟੈਰਰਿਜ਼ਮ ਜਿਹੜੇ ਮੇਜਰਸ ਹੈਗੇ ਆ ਉਹਨਾਂ ਨੂੰ ਉਹ ਮੁਲਕ ਸਹੀ ਰੱਖਦੇ ਆ, ਫਿਰ ਅਸੀਂ ਨਹੀਂ ਕਰਾਂਗੇ। ਪਰ ਲੱਗਦਾ ਵੀ ਇਹ ਇਹਨਾਂ ਨੇ ਜਿਹੜੇ ਆ ਮੁਲਕ ਬੈਨ ਕਰ ਦੇਣੇ ਹੈਗੇ ਆ ਜੀ। ਇਸ ਦੇ ਵਿੱਚ ਜਿਹੜੇ ਵਾਈਟ ਹਾਊਸ ਦੇ ਪ੍ਰਿੰਸੀਪਲ ਡੈਪਟੀ ਪ੍ਰੈਸ ਸੈਕਟਰੀ ਹੋਗਨ ਗਿਡਲੀ ਆ, ਉਹਨਾਂ ਨੇ ਆਖਿਆ ਆ ਵੀ ਇਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਟਰੈਵਲ ਬੈਨ ਆ ਉਹ ਸਫਲਤਾ ਦੇ ਨਾਲ ਜਿਹੜਾ ਹੋ ਰਿਹਾ ਆ, ਉਹ ਸਕਸੈਸ ਜਿਹੜਾ ਹੋ ਰਿਹਾ ਆ। ਅਤੇ ਕਹਿੰਦੇ ਜਿਹੜਾ ਕੋਈ ਮੁਲਕ ਸਾਡੇ ਇਮੀਗ੍ਰੇਸ਼ਨ US ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਪੂਰੀ ਤਰ੍ਹਾਂ ਪਾਰਟੀਸਪੇਟ ਕਰਦਾ ਆ ਅਤੇ ਉਹ ਕੰਪਲਾਈ ਜਿਹੜਾ ਉਹ ਕਰਦਾ ਆ, ਅਤੇ ਇਹ ਉਹਨਾਂ ਦੇ ਲਈ ਜਿਹੜਾ ਆ ਉਹ ਗੁੱਡ ਹੈਗੀ ਆ, ਚੀਜ਼ ਹੈਗੀ ਆ। ਅਤੇ ਫਿਰ ਅਦਰਵਾਈਜ਼ ਜਿਹੜੇ ਉਹ ਨਹੀਂ ਕਰਦੇ ਉਹ ਅਜ ਬੇਸਿਕਲੀ ਅਜਿਹੇ ਬੈਨਸ ਦੇ ਵਿੱਚ ਉਹ ਆ ਸਕਦੇ ਹੈਗੇ ਨੇ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਟਰੈਵਲ ਬੈਨ ਆ ਆਪਣੇ ਪਹਿਲੇ ਹੀ ਹਫ਼ਤੇ ਦੇ ਵਿੱਚ 3 ਸਾਲ ਪਹਿਲਾਂ ਜਦੋਂ ਇਹਨਾਂ ਨੇ ਸਹੁੰ ਚੁੱਕੀ ਸੀਗੀ, ਇਨਾਗੁਰੇਸ਼ਨ ਕੀਤੀ ਸੀਗੀ, ਉਸ ਟਾਈਮ ਦੇ ਉੱਤੇ ਇਹ ਲਾਗੂ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਲੀਗਲ ਜਿਹੜੀ ਆ ਬੈਟਲ ਆ ਉਹ ਵੀ ਹੋਈ ਸੀ, ਬਹੁਤ ਕੁਛ ਜਿਹੜਾ ਉਹ ਰੌਲਾ ਰੱਪਾ ਪਿਆ ਸੀਗਾ। ਅਤੇ ਬਾਅਦ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ 3ਜਾ ਵਰਜ਼ਨ ਇਸ ਟਰੈਵਲ ਬੈਨ ਦਾ ਸੀਗਾ, ਜਿਸ ਨੂੰ ਪਹਿਲਾਂ ਮੁਸਲਿਮ ਬੈਨ ਵੀ ਹੋਰ ਕਈ ਕੁਛ ਨਾਵਾਂ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਸੀਗਾ, ਫਿਰ ਉਹ 3ਜਾ ਜਿਹੜਾ ਆ ਉਹ ਵਰਜ਼ਨ ਆ ਉਸ ਦੇ ਵਿੱਚ ਉਹ ਅਕਸੈਪਟ ਕਰ ਦਿੱਤਾ ਗਿਆ ਸੀਗਾ। ਸੋ ਬਿਲਕੁਲ ਉਹਨਾਂ ਨੇ ਅਪਹੈਲਡ ਕਰ ਲਿਆ ਸੀ। ਸੋ ਪਹਿਲਾਂ ਜਿਹੜੇ 5 ਮੁਲਕ ਸੀਗੇ ਉਹ ਮੁਸਲਮਾਨ ਕੰਟਰੀ ਸੀਗੇ, ਈਰਾਨ, ਸੀਰੀਆ, ਯੈਮਨ, ਲੀਬੀਆ ਅਤੇ ਸੋਮਾਲੀਆ, ਅਤੇ 2 ਹੋਰ ਮੁਲਕ ਜਿਹੜੇ ਆ ਨੌਰਥ ਕੋਰੀਆ ਅਤੇ ਵੈਨਜ਼ੂਏਲਾ ਜਿਹੜੇ ਆ ਐਡ ਕੀਤੇ ਗਏ ਸੀਗੇ ਜੀ ਜੀ। ਸੋ ਅਤੇ ਬੈਨ ਕਹਿੰਦੇ ਓਰਿਜਨਲੀ ਇਰਾਕ ਅਤੇ ਸੂਡਾਨ ਨੂੰ ਵੀ ਉਹਨਾਂ ਨੇ ਇਨਕਲੂਡ ਕੀਤਾ ਸੀ, ਪਰ ਬਾਅਦ ਦੇ ਵਿੱਚ ਇਹ ਰਿਮੂਵ ਕਰ ਦਿੱਤਾ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ ਇਨਾਗੁਰੇਸ਼ਨ ਨੂੰ ਲੈ ਕੇ ਜਿਹੜੇ DC ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜੀ ਟਰੰਪ ਦੀ ਇਨਾਗੁਰਲ ਕਮੇਟੀ ਆ ਉਹਨਾਂ ਦੇ ਉੱਤੇ ਜਿਹੜਾ ਉਹ ਹੁਣ ਸੂ ਕੀਤਾ ਆ। ਜਿਹੜੇ DC ਦੇ ਅਟਾਰਨੀ ਜਨਰਲ ਆ ਉਹਨਾਂ ਦਾ ਇਹ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਜਿਹੜੀ ਟਰੰਪ ਦੀ ਇਨਾਗੁਰਲ ਕਮੇਟੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਹੋਟਲ ਨੂੰ $1 million ਜਿਹੜਾ ਆ ਉਹ ਬੁਕਿੰਗ ਦਾ ਉਹ ਦਿੱਤਾ ਸੀਗਾ ਵੀ ਟਰੰਪ DC ਜਿਹੜਾ ਉਹਨਾਂ ਦਾ ਉੱਥੇ ਹੋਟਲ ਹੈਗਾ ਆ। ਅਤੇ ਕਹਿੰਦੇ ਵੀ ਉਹਨਾਂ ਦੇ ਸਟਾਫ ਨੂੰ ਵੀ ਪਤਾ ਸੀਗਾ ਵੀ ਇਹ ਓਵਰ ਪ੍ਰਾਈਸ ਸੀਗਾ ਅਤੇ ਬਹੁਤ ਘੱਟ ਇਸ ਦੀ ਜਿਹੜੀ ਉਸ ਦੇ ਵਿੱਚ ਵਰਤੋਂ ਹੋਈ ਸੀ। January 2017 ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਹੋਣਾਂ ਦੀ ਇਨਾਗੁਰੇਸ਼ਨ ਜਿਹੜੀ ਉਹ ਕੀਤੀ ਗਈ ਸੀਗੀ, ਅਤੇ ਕਹਿੰਦੇ ਵੀ ਉਹ ਕਮੇਟੀ ਨੇ ਜਿਹੜਾ ਹੋਟਲ ਬਾਲਰੂਮ ਆ 1,75,000 ਪ੍ਰਤੀ ਦਿਨ ਦੀ ਕੀਮਤ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਬੁੱਕ ਕੀਤਾ ਸੀਗਾ, ਅਤੇ $3 lakh ਜਿਹੜੇ ਆ ਫੂਡ ਅਤੇ ਬੈਵਰੇਜ ਕੋਸਟ ਦੇ ਜਿਹੜੇ ਉਹਨਾਂ ਨੇ ਉਸ ਹੋਟਲ ਨੂੰ ਜਿਹੜੇ ਦਿੱਤੇ ਸੀਗੇ। ਅਤੇ ਕਹਿੰਦੇ ਵੀ ਈਵੈਂਟ ਪਲੈਨਰ ਦੀ ਓਬਜੈਕਸ਼ਨਸ ਦੇ ਬਾਵਜੂਦ ਵੀ ਇਹ ਸਾਰਾ ਕੁਛ ਜਿਹੜਾ ਹੋਇਆ ਸੀ। ਹੁਣ ਇਹ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਹੀ ਆ ਵੀ ਇੱਥੇ ਕੀ ਕੁਛ ਜਿਹੜਾ ਉਹ ਫਿਰ ਵਾਪਰਿਆ ਹੋਇਆ ਹੋਵੇਗਾ। ਅਤੇ ਸਭ ਨੂੰ ਪਤਾ ਵੀ ਰਾਸ਼ਟਰਪਤੀ ਟਰੰਪ ਜਿਹੜੀ ਇਨਾਗੁਰੇਸ਼ਨ ਦੀ ਜਿਹੜੀ ਕਰਾਊਡ ਆ ਉਸ ਨੂੰ ਲੈ ਕੇ ਵੀ ਕਾਫੀ ਜਿਹੜੇ ਆ ਉਹ ਚਿੰਤਤ ਵੀ ਰਹੇ ਸੀਗੇ, ਕਾਫੀ ਜਿਹੜੇ ਬਿਆਨਬਾਜ਼ੀ ਵੀ ਕਰਦੇ ਰਹੇ ਸੀ ਜਦ ਲੋਕ ਸਾਫ ਦਿਖਾ ਰਹੇ ਸੀਗੇ ਵੀ ਉਹਨਾਂ ਦੀ ਇਨਾਗੁਰੇਸ਼ਨ ਦੇ ਉੱਤੇ ਘੱਟ ਲੋਕ ਆਏ ਸੀ। ਜਿਹੜੇ ਉਸ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਓਬਾਮਾ ਆ ਉਹਨਾਂ ਦੀ ਜਿਹੜੀ ਇਨਾਗੁਰੇਸ਼ਨ ਦੇ ਮੌਕੇ ਦੇ ਉੱਤੇ, ਸੋ ਪਰ ਉਹ ਚੀਜ਼ ਉਹ ਮੰਨੇ ਨਹੀਂ, ਅਜੇ ਵੀ ਉਹ ਮੰਨਦੇ ਨੇ ਵੀ ਉਹਨਾਂ ਦੀ ਇਨਾਗੁਰੇਸ਼ਨ ਦੇ ਉੱਤੇ ਜ਼ਿਆਦਾ ਲੋਕ ਆਏ ਸੀਗੇ। ਸੋ ਇਹ ਹੁਣ ਨਵਾਂ ਇੱਕ 3 ਸਾਲਾਂ ਬਾਅਦ ਇਹ ਜਿਹੜੀ ਹੁਣ ਲਾਸੂਟ ਆ ਉਹ ਸਾਹਮਣੇ ਆਇਆ ਆ ਵੀ DC ਦੇ ਜਿਹੜੇ ਅਟਾਰਨੀ ਜਨਰਲ ਕਾਰਲ ਰਸੀਨ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਇਨਾਗੁਰਲ ਕਮੇਟੀ ਨੂੰ ਹੁਣ ਸੂ ਕੀਤਾ ਆ $1 million ਦੇ ਲਈ। ਅਗਲੀ ਖਬਰ ਜਿਹੜੀ ਆ ਉਹ ਸੈਨੇਟਰ ਬਰਨੀ ਸੈਂਡਰਸ ਨੂੰ ਲੈ ਕੇ ਹੈਗੀ ਆ। ਤੁਹਾਨੂੰ ਯਾਦ ਹੋਊਗਾ ਕੱਲ੍ਹ ਵੀ ਆਪਾਂ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਸੈਨੇਟਰ ਬਰਨੀ ਸੈਂਡਰਸ ਆ ਉਹਨਾਂ ਨੂੰ ਜਿਹੜਾ ਜਿਹੜੀ ਹਿਲਰੀ ਕਲਿੰਟਨ ਆ ਉਹਨਾਂ ਨੇ ਜਿਹੜੇ ਸ਼ਬਦ ਆ ਗਲਤ ਬੋਲੇ ਵੀ ਦੇਖੋ ਜੀ ਬਰਨੀ ਸੈਂਡਰਸ ਨੂੰ ਤਾਂ ਕੋਈ ਪਸੰਦ ਹੀ ਨਹੀਂ ਕਰਦਾ, ਨੋ ਵਨ ਲਾਈਕ ਸੇਮ, ਅਤੇ ਕੋਈ ਵੀ ਉਹਦੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ। ਸੋ ਉਸ ਨੂੰ ਲੈ ਕੇ ਦੋ ਜਿਹੜੇ ਪ੍ਰੈਜੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ ਤੁਲਸੀ ਗੈਬਰਡ ਅਤੇ ਐਂਡਰਿਊ ਯੈਂਗ ਉਹਨਾਂ ਨੇ ਜਿਹੜਾ ਆ ਹਿਲਰੀ ਕਲਿੰਟਨ 'ਤੇ ਜਿਹੜਾ ਤਵਾ ਲਾਇਆ, ਕਹਿੰਦੇ ਵੀ ਇੱਦਾਂ ਦੇ ਜਿਹੜੇ ਬਿਆਨਬਾਜ਼ੀ ਆ ਜਿਹੜੀ ਬੰਦ ਕਰੋ, ਇਹ ਹਾਈ ਸਕੂਲ ਨਹੀਂ ਹੈਗਾ। ਤੁਲਸੀ ਗੈਬਰ ਨੇ ਤਾਂ ਈਵਨ ਇੱਥੇ ਤੱਕ ਕਿਹਾ ਵੀ ਇਹ ਹਾਈ ਸਕੂਲ 'ਚ ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੈਗੀਆਂ। ਅਤੇ ਦੂਸਰੇ ਪਾਸੇ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੇ ਇਹ ਹੱਸਦੇ ਹੋਏ ਕਿਹਾ, ਕਹਿੰਦੇ ਘੱਟੋ ਘੱਟ
ਇੱਕ ਚੰਗੇ ਦਿਨ ਮੇਰੀ ਵਾਈਫ ਤਾਂ ਕਹਿੰਦਾ ਮੈਨੂੰ ਪਸੰਦ ਕਰਦੀ ਹੈਗੀ ਆ ਅਤੇ ਦੂਸਰੇ ਪਾਸੇ ਜਿਹੜੇ ਬਰਨੀ ਸੈਂਡਰਸ ਦੀ ਜਿਹੜੀ ਕੈਂਪੇਨ ਆ ਪ੍ਰਾਈਵੇਟਲੀ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਹਿਲਰੀ ਕਲਿੰਟਨ ਨੇ ਸ਼ਬਦ ਵਰਤੇ ਹੈਗੇ ਆ ਉਹਨਾਂ ਦੇ ਉੱਤੇ ਆਪਾਂ ਕੋਈ ਵੀ ਜਿਹੜਾ ਕਮੈਂਟ ਨਾ ਕਰੀਏ। ਨਹੀਂ ਬਿਲਕੁਲ, ਓਵਰਆਲ ਜਿੱਦਾਂ ਦੇਖਿਆ ਜਾਵੇ ਹਿਲਰੀ ਕਲਿੰਟਨ ਨੂੰ ਇਹੀ ਜਿਹੜਾ ਦੁੱਖ ਅਜੇ ਤੱਕ ਜਿਹੜਾ ਉਹ ਹਟ ਨਹੀਂ ਰਿਹਾ ਵੀ ਉਹ ਇਹੀ ਸੋਚਦੀ ਆ ਵੀ ਸ਼ਾਇਦ ਲਾਸਟ ਟਾਈਮ ਪ੍ਰੈਜੀਡੈਂਸ਼ੀਅਲ ਜਿਹੜੀ ਇਲੈਕਸ਼ਨ ਆ ਉਹ ਕਿਤੇ ਬਰਨੀ ਸੈਂਡਰ ਦੇ ਕਰਕੇ ਜਿਹੜੀ ਉਹ ਹਾਰੀ ਆ, ਜਦਕਿ ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਬਰਨੀ ਸੈਂਡਰ ਦੇ ਵਿੱਚ ਅਖੀਰਲੇ ਮੌਕੇ ਦੇ ਉੱਤੇ ਬੈਕ ਸਟੈਬਿੰਗ ਜਿਹੜੀ ਉਹ ਹੋਈ ਸੀ। ਸੋ ਇਸ ਵਾਰ ਦੇਖਦੇ ਹਾਂ ਵੀ ਜਿਹੜੇ ਡੈਮੋਕ੍ਰੇਟ ਡੈਲੀਗੇਟਸ ਨੇ ਜਿਹੜੀਆਂ ਪ੍ਰਾਇਮਰੀਜ਼ ਦੇ ਵਿੱਚੋਂ ਜਦੋਂ ਨਿਕਲ ਕੇ ਆਉਂਦੇ ਆ ਵੀ ਉਹ ਕਿਸ ਪਾਸੇ ਵੱਲ ਨੂੰ ਵੱਧਦੇ ਆ। CNN ਦੇ ਦੁਆਰਾ ਹਰਜੋਤ ਸਿੰਘ ਜੀ ਇੱਕ ਨਵੀਂ ਜਿਹੜੀ ਪੋਲ ਆ ਉਹ ਹੋਈ, ਉਸ ਦੇ ਵਿੱਚ ਬਰਨੀ ਸੈਂਡਰ ਲਗਾਤਾਰ ਆਪਣਾ ਜਿਹੜਾ ਪਕੜ ਆ ਉਸ ਨੂੰ ਮਜ਼ਬੂਤ ਕਰ ਰਿਹਾ ਆ। ਕਹਿੰਦੇ ਵੀ 27% ਜਿਹੜੇ ਰਜਿਸਟਰਡ ਵੋਟਰ ਨੇ ਐਜ਼ ਡੈਮੋਕ੍ਰੇਟਸ ਉਹ ਹੁਣ ਜਿਹੜੇ ਆ ਇਹਨਾਂ ਦੇ ਵੱਲ ਲੀਨ ਕਰ ਰਹੇ ਨੇ। ਦੂਜੇ ਨੰਬਰ ਦੇ ਉੱਤੇ ਜਿਹੜਾ ਜੋ ਬਾਇਦਨ ਜਿਹੜਾ ਉਹ ਰਹਿ ਗਿਆ, ਅਤੇ ਫਿਰ ਉਸ ਦੇ ਪਿੱਛੇ ਜਿਹੜੀ ਐਲਿਜ਼ਾਬੈਥ ਵਾਰਨ 14% ਅਤੇ ਜਿਹੜੇ ਸਾਊਥ ਬੈਂਡ ਇੰਡੀਆਨਾ ਦੇ ਮੇਅਰ ਪੀਟ ਬੁਟੀਕ ਜਿਹੜੇ ਉਹ 11% ਅਤੇ ਬਲੂਮਬਰਗ ਜਿਹੜੇ ਮਿਲੀਅਨੇਅਰ ਨਿਊਯਾਰਕ ਦੇ ਇੱਕ ਟਾਈਮ ਦੇ ਉੱਤੇ ਮੇਅਰ ਵੀ ਰਹੇ ਉਹ 5% ਦੇ ਉੱਤੇ ਜਿਹੜੇ ਚੱਲ ਰਹੇ ਨੇ। ਏਮੀ ਕੋਲਬਚਰ ਜਿਹੜੇ ਮਿਨੇਸੋਟਾ ਤੋਂ ਸੈਨੇਟਰ ਨੇ ਉਹ ਅਤੇ ਨਾਲ ਐਂਡਰਿਊ ਯੈਂਗ ਜਿਹੜੇ ਐਂਟਰਪ੍ਰਨੋਰ ਬਿਜ਼ਨਸਮੈਨ ਨੇ ਉਹ 4% ਦੇ ਉੱਤੇ ਨੇ। ਟੋਮ ਸਟਾਇਰ ਜਿਹੜੇ ਆ ਉਹ 2% ਦੇ ਉੱਤੇ ਜਿਹੜੇ ਚੱਲ ਰਹੇ ਨੇ। ਬਾਕੀ ਕਹਿੰਦੇ ਜਿਹੜੇ ਰਹਿ ਗਏ ਕੈਂਡੀਡੇਟ ਆ ਉਹ 1% ਤੋਂ ਵੀ ਘੱਟ ਜਿਹੜੇ ਆ ਉਹਨਾਂ ਦੀ ਪੋਲਿੰਗ ਡੈਮੋਕ੍ਰੇਟ ਰਜਿਸਟਰਡ ਵੋਟਰ ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲਗਾਤਾਰ ਬਰਨੀ ਸੈਂਡਰਸ ਆ ਉਹ ਇੰਪਰੂਵ ਕਰ ਰਿਹਾ ਆ, ਉਹ ਲਗਾਤਾਰ ਜਿਹੜਾ ਉਹ ਅੱਗੇ ਨੂੰ ਵੱਧ ਰਿਹਾ ਆ। ਪਰ ਜਿਹੜੀ ਹਿਲਰੀ ਕਲਿੰਟਨ ਅਤੇ ਉਹਨਾਂ ਦੇ ਜਿਹੜੇ ਕਹਿ ਲਓ ਵੀ ਕਈ ਵਾਰੀ ਇਹ ਵੀ ਕਹਿ ਸਕਦੇ ਹਾਂ ਵੀ ਪਿੱਠ ਲੱਗੂ, ਜਿਹੜਾ ਉਹਨਾਂ ਦਾ ਮੀਡੀਆ ਉਹ ਚਾਹੁੰਦਾ ਨਹੀਂ ਆ ਵੀ ਬਰਨੀ ਸੈਂਡਰਸ ਜਿਹੜਾ ਉਹ ਅੱਗੇ ਆਵੇ। ਜਿੱਦਾਂ ਮੈਂ ਕੱਲ੍ਹ ਵੀ ਇੱਕ ਉਦਾਹਰਨ ਦਿੱਤੀ ਸੀਗੀ ਵੀ ਕੈਲੀਫੋਰਨੀਆ ਦੀ ਵੋਟਿੰਗ ਜਦੋਂ ਦਿਖਾ ਰਹੇ ਸੀਗੇ 33% ਵੋਟ ਹੋਣ ਦੇ ਬਾਵਜੂਦ ਜਿਹੜਾ ABC ਜਿਹੜੇ ਚੈਨਲ ਵਾਲੇ ਉਹਨੇ ਅਦਰ ਲਿਖ ਕੇ ਜਿਹੜਾ ਉਹ ਦੱਸਿਆ ਵੀ ਅਦਰ ਜਿਹੜੇ ਉਹ 33% ਦੇ ਉੱਤੇ ਆ, ਵੀ ਭਾਈ ਜਿਹੜਾ ਕੈਂਡੀਡੇਟ ਲੀਡ ਕਰ ਰਿਹਾ ਉਹਦਾ ਨਾਂ ਤਾਂ ਤੁਸੀਂ ਲਿਖੋ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਹਾਂ। ਸੋ ਇਹ ਹੁਣ ਕਾਫੀ ਦੇਖਣ ਵਾਲੀ ਗੱਲ ਹੋਊਗੀ ਵੀ ਇਹ ਕਦੇ ਕਦੇ ਲੱਗਦਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਦੇ ਗੱਲ ਕਰਦੇ ਵੀ ਫੇਕ ਮੀਡੀਆ। ਬਿਲਕੁਲ, ਇਹ ਤਾਂ ਉਸੇ ਹਿਸਾਬ ਦੇ ਨਾਲ ਵੀ ਜਿੱਦਾਂ ਫੋਕਸ ਵਾਲੇ ਉਹਨਾਂ ਦੀ ਪੱਖ ਜਿਹੜਾ ਪੂਰਦੇ ਆ ਤੇ ਹੁਣ ਜਿਹੜਾ ਆ ਇਹ ਚਾਹੁੰਦੇ ਨਹੀਂ ਆ ਵੀ ਬੇਸਿਕਲੀ ਵੀ ਇਹਨਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਪ੍ਰੋਗਰੈਸਿਵ ਕੈਂਡੀਡੇਟ ਹੈਗਾ ਡੈਮੋਕ੍ਰੇਟ ਵਾਲਾ ਵੀ ਉਹ ਅੱਗੇ ਆਵੇ, ਕਿਉਂਕਿ ਕੌਕਸ ਜਿਹੜੇ ਬਰਨੀ ਸੈਂਡਰ ਦਾ ਜ਼ਰੂਰ ਡੈਮੋਕ੍ਰੇਟਸ ਦੇ ਨਾਲ ਕਰਦੇ ਆ ਪਰ ਉਹ ਹੈ ਖੁਦ ਇੱਕ ਇੰਡੀਪੈਂਡੈਂਟ ਜਿਹੜੇ ਤੌਰ ਦੇ ਉੱਤੇ। ਅਤੇ ਇਹ ਬੜੀ ਚਰਚਾ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਜਿਹੜੀ ਇਸ ਟਾਈਮ ਚੱਲ ਰਹੀ ਆ ਵੀ ਜੇ ਬਰਨੀ ਸੈਂਡਰ ਕੈਂਡੀਡੇਸੀ ਲੈ ਜਾਂਦੇ ਆ ਅਤੇ ਵਾਈਸ ਪ੍ਰੈਜੀਡੈਂਸੀ ਦੇ ਲਈ ਜਿਹੜੀ ਨਵੀਂ ਬਣੀ ਜਿਹੜੀ ਫਰੈਸ਼ਮੈਨ ਕਾਂਗਰਸ ਵੂਮਨ AOC ਜਿਹੜਾ ਉਸਦਾ ਨਾਮ ਜਿਹੜਾ ਉਹ ਆ ਸਕਦਾ ਹੈਗਾ। ਸੋ ਕਾਫੀ ਜਿਹੜਾ ਇੱਕ ਇਸ ਟਾਈਮ ਅਹਿਮ ਚਰਚਾ ਜਿਹੜੀ ਉੱਧਰਲੇ ਪਾਸੇ ਚੱਲ ਰਹੀ ਆ, ਪਰ ਇਹ ਹੁਣ ਦੇਖਦੇ ਹਾਂ ਵੀ ਜਿਹੜੇ ਡੈਮੋਕ੍ਰੇਟਸ ਹੈਗੇ ਨੇ ਉਹ ਕਿਸ ਪਾਸੇ ਵੱਲ ਨੂੰ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਇਹਨਾਂ ਕੌਕਸ ਦੇ ਵਿੱਚ ਵੋਟ ਉਹ ਪਾਉਂਦੇ ਨੇ ਜੀ। ਸੋ ਅਗਲੀ ਹੋਰ ਵੱਲ ਚੱਲੀਏ, ਜਿਹੜੀ ਕਾਂਗਰਸ ਵੂਮੈਨ ਤੁਲਸੀ ਗੈਬਰਟ ਆ ਉਸਨੇ ਹਿਲਰੀ ਕਲਿੰਟਨ ਨੂੰ ਡੈਫੇਮੇਸ਼ਨ ਦਾ ਲਾ ਸੂਟ ਫਾਈਲ ਕੀਤਾ ਹੈਗਾ। ਅਕਤੂਬਰ 2019 ਦੇ ਵਿੱਚ ਜਿਹੜੇ ਹਿਲਰੀ ਕਲਿੰਟਨ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ ਸੀ ਵੀ ਜਿਹੜੀ ਤੁਲਸੀ ਗੈਬਰਟ ਆ ਉਸ ਨੂੰ ਰਸ਼ੀਅਨ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਨਾਲ ਪ੍ਰਪੇਅਰ ਕਰ ਰਹੇ ਆ ਐਜ਼ ਏ ਥਰਡ ਪਾਰਟੀ ਕੈਂਡੀਡੇਟ। ਕਹਿੰਦੇ ਪਈ ਇਹ ਜਿਹੜੀ ਤੁਲਸੀ ਗੈਬਰਟ ਆ ਪ੍ਰੋ ਰਸ਼ੀਅਨ ਆ, ਸੋ ਉਸ ਨੂੰ ਲੈ ਕੇ ਜਿਹੜੀ ਤੁਲਸੀ ਗੈਬਰਟ ਆ ਉਸ ਨੇ ਜਿਹੜਾ ਆ ਹਿਲਰੀ ਕਲਿੰਟਨ ਨੂੰ ਸੂ ਕਰ ਦਿੱਤਾ। ਇਹ ਵੀ ਦੱਸਦੇ ਜਾਈਏ ਕਿਉਂਕਿ ਤੁਲਸੀ ਗੈਬਰਟ ਜਿਹੜੀ ਆ ਉਹ ਜਿਹੜੀ ਡਿਫੈਂਸ ਦੇ ਵਿੱਚ ਜਿਹੜੀ ਆ ਪਹਿਲਾਂ ਜੋਬ ਕਰ ਚੁੱਕੀ ਆ ਆਰਮੀ ਦੇ ਵਿੱਚ ਜੀ। ਬਿਲਕੁਲ, ਸੋ ਉਹ ਉਹਨਾਂ ਨੇ ਜਿਹੜਾ ਲਾਸੂਟ ਆ US ਡਿਸਟ੍ਰਿਕਟ ਕੋਰਟ ਮੈਨਹੈਟਨ ਦੇ ਵਿੱਚ ਜਿਹੜਾ ਉਹ ਫਾਈਲ ਕੀਤਾ ਆ ਅਤੇ ਉਹਨਾਂ ਨੇ $50 million ਦੇ ਜਿਹੜੇ ਡੈਮੇਜਿਸ ਆ ਇਸ ਦੇ ਵਿੱਚ ਉਸਦੀ ਮੰਗ ਕੀਤੀ ਆ। ਔਰ ਰਾਈਟ ਨਾਓ 2020 ਜਿਹੜੇ ਇਹ ਇਲੈਕਸ਼ਨ ਹੈਗੀ ਇਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੰਟੈਸਟ ਦੇ ਵਿੱਚ ਉਹ ਚੱਲ ਰਹੀ ਹੈਗੀ, ਆਪਣੇ ਆਪ ਨੂੰ ਅੱਗੇ ਜਿਹੜੀ ਉਹ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਹਿਲਰੀ ਕਲਿੰਟਨ ਵੀ ਹੁਣ ਜੇ ਤੂੰ ਆਪ ਆਪਣੇ ਆਪ ਨੂੰ ਸੱਤਾ ਤੋਂ ਲਾਂਭੇ ਕਰ ਲਿਆ ਤਾਂ ਭਾਈ ਹੁਣ ਪਰੇ ਰਹਿ, ਬਾਕੀ ਜਿਹੜੇ ਸਾਬਕਾ ਜਿਹੜੇ ਹੈਗੇ ਨੇ ਰਾਸ਼ਟਰਪਤੀ ਉਹਨਾਂ ਤੋਂ ਹੀ ਥੋੜ੍ਹੀ ਬਹੁਤੀ ਜਿਹੜੀ ਸਬਕ। ਹਾਲਾਂਕਿ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਨੇ ਕਿਹਾ ਵੀ ਮੈਂ ਅਜੇ ਤੱਕ ਚੁੱਪ ਰਹਿਣਾ ਵੀ ਜਿਹੜਾ ਵੀ ਕੈਂਡੀਡੇਟ ਆਊਗਾ ਉਹਦੀ ਸਪੋਰਟ ਕਰ ਦੂੰਗਾ, ਇਰਰਿਸਪੈਕਟਿਵ ਕਿਹੜਾ ਵੀ ਜਿਹੜਾ ਉਹ ਅੱਗੇ ਉਹ ਆਉਂਦਾ ਆ। ਸੋ
ਉਹਨਾਂ ਨੇ ਦੇਖੋ ਆਪਣੇ ਪ੍ਰੈਜ਼ੀਡੈਂਟ ਹੁੰਦੇ ਹੋਏ ਇਸ ਦੀ ਪੂਰੀ ਮਦਦ ਕੀਤੀ ਸੀ। ਇਹ ਨਹੀਂ ਆ ਵੀ ਓਬਾਮਾ ਨੇ ਉਦੋਂ ਮਦਦ ਨਹੀਂ ਕੀਤੀ, ਹੈਲਰੀ ਕਲਿੰਟਨ ਦੇ ਨਾਲ ਉਹਨਾਂ ਨੇ ਪੂਰੀ ਜਿਹੜੀ ਉਸ ਦੀ ਮਦਦ ਉਦੋਂ ਕੀਤੀ ਸੀਗੀ। ਪਰ ਤੂੰ ਵੀ ਇਹਦਾ ਇਹ ਸੀਗਾ ਵੀ ਹੈਲਰੀ ਕਲਿੰਟਨ ਦੀ ਕੈਂਪੇਨ ਆਪਣੀ ਉਹਨੇ ਬਹੁਤ ਭੈੜੀ ਰਨ ਕੀਤੀ, ਖੁਦ ਰਨ ਕੀਤੀ, ਉਹਨਾਂ ਥਾਵਾਂ ਦੇ ਉੱਤੇ ਗਈ ਨਹੀਂ ਜਿੱਥੇ ਲੋਕ ਜਿਹੜਾ ਉਹ ਦੇਖਣਾ ਚਾਹੁੰਦੇ ਸੀਗੇ। ਰਾਸ਼ਟਰਪਤੀ ਟਰੰਪ ਜਿਹੜੇ ਉੱਥੇ ਜਾਂਦੇ ਰਹੇ, ਲੋਕਾਂ ਦਾ ਜਿਹੜਾ ਮਨ ਉਸ ਦੇ ਬਦਲਿਆ ਤੇ ਉਹਨਾਂ ਨੇ ਉਹਨਾਂ ਨੂੰ ਨੈਗੇਟਿਵ ਕੈਂਪੇਨ ਰੱਖੀ ਨਾ। ਆਪਾਂ ਪਹਿਲਾਂ ਵੀ ਦੱਸਦੇ ਰਹੇ ਪਿਛਲੇ ਸ਼ੋਆਂ 'ਚ ਵੀ ਕਿਸ ਤਰ੍ਹਾਂ ਹਿਲਰੀ ਕਲਿੰਟਨ ਦਾ ਆਪਣੇ ਘਰ ਵਾਲੇ ਦੀ ਗੱਲ ਨਹੀਂ ਸੁਣੀ ਬਿਲ ਕਲਿੰਟਨ ਦੀ, ਉਹ ਕਹਿੰਦਾ ਵੀ ਨਹੀਂ ਇੱਕ ਇਕਨੋਮੀ ਦੇ ਉੱਤੇ ਫੋਕਸ ਕਰੋ। ਸੋ ਉਹਦੀ ਜਿਹੜੀ ਟੀਮ ਆ ਉਹਨਾਂ ਨੇ ਇਹ ਤੇ ਵਰਕਆਊਟ ਨਹੀਂ ਕੀਤਾ। ਸੋ ਇਹ ਤੁਲਸੀ ਗੈਬਰਟ ਦਾ ਲਾਸੂਟ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਉਹ ਕਹਿੰਦੇ ਵੀ ਮੇਰੇ ਉਲਟ ਜਿਹੜੀ ਹਿਲਰੀ ਕਲਿੰਟਨ ਉਹ ਇਸ ਕਰਕੇ ਬੋਲ ਰਹੀ ਹੈ ਕਿਉਂਕਿ 2016 ਦੇ ਵਿੱਚ ਜਦੋਂ ਡੈਮੋਕ੍ਰੈਟਿਕ ਪ੍ਰਾਇਮਰੀ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਜਿਹੜੀ ਤੁਲਸੀ ਗੈਬਰਟ ਜੇ ਕਾਂਗਰਸਮੈਨ ਹਵਾਈ ਤੋਂ ਇਸ ਨੇ ਬਰਨੀ ਸੈਂਡਰਸ ਨੂੰ ਐਂਡੋਰਸ ਕੀਤਾ ਸੀ। ਜੀ ਜੀ, ਸੋ ਇਹਦਾ ਮਤਲਬ ਫਿਰ ਨਿਆਣਿਆਂ ਲਈ ਗੱਲ ਹੀ ਹੈ ਹੈਲਰੀ ਕਲਿੰਟਨ ਹਾਈ ਸਕੂਲ ਵਾਲਾ ਚੱਕਰ ਆ। ਜੀ ਜੀ, ਅਤੇ ਆਪਾਂ ਇੱਕ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇ। ਜੀ ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਅਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916-740-6400-916-740-6400। MAF also provides a platform for experienced financial professionals with top pay company revenue and virtual agent training program. Visit maflife.com. MAF California Department of Insurance License Number 0M92002. ਸਾਰੇ ਜਾਣੇ ਧਿਆਨ ਦੇਣ ਇਸ ਮੌਕੇ, ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ 9.9 ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮੌਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 916-999-5000-916-999-5000। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500 ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50-70% ਘੱਟ ਕੀਮਤਾਂ ਤੇ। ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰੌ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾਂ 530-415-5959 ਤੇ, ਯਾਨੀ 530-415-5959 ਤੇ, ਜਾਂ ਫਿਰ 530-376-63 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 530-300-7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਣੀਆਂ ਕੋਕਾ ਕੜਵਾ ਦੇ ਮਹਿਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜਿਹੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜਵੈਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਵੈਲਰ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th Street ਨੰਬਰ 115 ਚਾਈਨਾ ਟਾਊਨ ਸੁਪਰ ਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842 ਬੱਗਾ ਜਵੈਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮੈਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅਮਰੀਕਾ ਦੇ ਵਿੱਚ ਪਹਿਲੀ ਵਾਰੀ ਜਿਹੜਾ ਸਮਾਰਟਫੋਨ ਦੇ ਜ਼ਰੀਏ ਜਿਹੜੀ ਆ ਵੋਟਿੰਗ ਆ ਉਹ ਹੋਣ ਜਾ ਰਹੀ ਹੈ। ਇਹ ਪਹਿਲੀ ਵਾਰੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜਾ ਹੋਵੇਗਾ। ਸਿਆਟਲ ਇਲਾਕੇ ਦੇ ਵਿੱਚ ਜਿਹੜੇ ਵੋਟਰਸ ਆ ਇੱਕ ਵਿਸ਼ੇਸ਼ ਜਿਹੜੀ ਵੋਟ ਵਿਸ਼ੇਸ਼ ਜਿਹੜੀ ਚੋਣ ਆ ਉਸ ਦੇ ਵਿੱਚ ਜਿਹੜੀ ਸਮਾਰਟਫੋਨ ਦਾ ਸਹਾਰਾ ਲੈ ਕੇ ਵੋਟ ਆ ਉਹ ਪਾ ਸਕਦੇ ਆ। ਕਿੰਗ ਕਾਊਂਟੀ ਵਾਸ਼ਿੰਗਟਨ ਦੇ ਵਿੱਚ ਜਿਹੜੇ ਕਿੰਗ ਕੰਜ਼ਰਵੇਸ਼ਨ ਡਿਸਟ੍ਰਿਕਟ ਆ ਉੱਥੇ ਦੀ ਇੱਕ ਸਟੇਟ ਇਨਵਾਇਰਮੈਂਟਲ ਏਜੰਸੀ ਆ ਜਿਸ ਦੇ ਵਿੱਚ ਸਿਆਟਲ ਦੇ ਉਸ ਦੇ ਨਾਲ ਇਰਦ ਗਿਰਦ 30 ਹੋਰ ਸਿਟੀਜ਼ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਜਿਹੜੀ ਸਮਾਰਟਫੋਨ ਦੇ ਜ਼ਰੀਏ ਜਿਹੜੀ ਆ ਵੋਟਿੰਗ ਆ ਉਸ ਨੂੰ ਓਕੇ ਮਿਲੀ ਹੈ। ਸੋ ਇਸ ਦੇ ਵਿੱਚ ਤਕਰੀਬਨ 1.2 million 12 lakh ਜਿਹੜੇ ਵੋਟਰ ਐਲੀਜੀਬਲ ਵੋਟਰਸ ਆ ਇਸ ਦੇ ਵਿੱਚ ਹਿੱਸਾ ਲੈ ਸਕਣਗੇ। NPR ਜਿਹੜੀ ਆ ਉਹਨਾਂ ਨੇ ਪਹਿਲੋਂ ਇਹ ਸਟੋਰੀ ਜਿਹੜੀ ਆ ਉਹ ਦੱਸੀ ਆ ਅਤੇ ਕਹਿੰਦੇ ਬੋਰਡ ਆਫ ਸੁਪਰਵਾਈਜ਼ਰ ਦੀ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਇਸ ਨਵੀਂ ਤਕਨੀਕ ਦਾ ਨਵੀਂ ਟੈਕਨੋਲੋਜੀ ਦਾ ਜਿਹੜਾ ਸਹਾਰਾ ਲਿਆ ਜਾਵੇਗਾ। ਬੁੱਧਵਾਰ ਤੋਂ ਜਿਹੜੇ ਬੈਲਟਸ ਆ ਉਹ ਸਭ ਜਿਹੜੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਉੱਥੇ 11 February ਨੂੰ ਇਲੈਕਸ਼ਨ ਡੇ ਹੈਗਾ ਆ। ਸੋ ਉਦੋਂ ਤੱਕ ਜਿਹੜੇ ਆ ਉੱਥੇ ਸਮਾਰਟਫੋਨ ਦੇ ਜ਼ਰੀਏ ਸਿਰਫ ਇਹ ਜਿਹੜੀ ਇਸ ਇਲੈਕਸ਼ਨ ਦੇ ਲਈ ਕਿੰਗ ਕੰਜ਼ਰਵੇਸ਼ਨ ਡਿਸਟ੍ਰਿਕਟ ਦੀ ਜਿਹੜੀ ਇਹ ਬੋਰਡ ਆਫ ਸੁਪਰਵਾਈਜ਼ਰ ਦੀ ਇਲੈਕਸ਼ਨ ਆ ਉਸ ਦੇ ਲਈ ਜਿਹੜੀ ਆ ਵੋਟਿੰਗ ਆ ਹੋਵੇਗੀ। ਪਿਛਲੇ ਸਾਲ ਕਹਿੰਦੇ ਵੀ ਜਦੋਂ ਇਹ ਇਲੈਕਸ਼ਨ ਹੋਈ ਸੀ ਜਿਸ ਦੇ ਵਿੱਚ ਜਦੋਂ ਕਿ 1 million ਤੋਂ ਵੱਧ ਲੋਕ ਵੋਟਿੰਗ ਦੇ ਲਈ ਐਲੀਜੀਬਲ ਸੀਗੇ ਸਿਰਫ ਅਤੇ ਸਿਰਫ 4000 ਲੋਕਾਂ ਨੇ ਵੋਟ ਪਾਈ। ਤੁਸੀਂ ਸੋਚੋ 1 million 10 lakh ਦੇ ਵਿੱਚੋਂ 4000 ਲੋਕਾਂ ਨੇ ਵੋਟ ਪਾਈ ਅਤੇ ਉਹਨਾਂ ਨੇ ਡਿਸਾਈਡ ਕੀਤਾ ਵੀ ਕਿਹੜੇ ਬੋਰਡ ਆਫ ਸੁਪਰਵਾਈਜ਼ਰ ਜਿਹੜੇ ਆ ਉਸ ਇਲੈਕਸ਼ਨ ਦੇ ਵਿੱਚ ਹੋਣਗੇ। ਜਿਹੜੀ ਟਸਕ ਫਿਲੈਂਥਰੋਪੀਜ਼ ਦੇ ਜਿਹੜੇ CEO ਹੈਗੇ ਆ ਉਹ ਇਸ ਦੇ ਉੱਤੇ ਬੋਲ ਰਹੇ ਸੀ, ਕਹਿੰਦੇ ਵੀ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਇਸ ਡੈਮੋਕ੍ਰੇਸੀ ਦੇ ਲਈ ਖਾਸ ਕਰਕੇ ਇਹ ਇੱਕ ਬਹੁਤ ਵੱਡਾ ਜਿਹੜਾ ਚੇਂਜ ਆ, ਬਹੁਤ ਵੱਡਾ ਜਿਹੜਾ ਫੰਡਾਮੈਂਟਲ ਬਦਲਾਵ ਜਿਹੜਾ ਆ ਉਹ ਆਪਾਂ ਇਸ ਦੇ ਵਿੱਚ ਦੇਖ ਰਹੇ ਹੈਗੇ ਹਾਂ ਵੀ ਉੱਥੇ ਜਿਹੜੀ ਆ ਮੋਬਾਈਲ ਦੇ ਨਾਲ ਸਮਾਰਟਫੋਨ ਦੇ ਜ਼ਰੀਏ ਜਿਹੜੀ ਵੋਟਿੰਗ ਆ ਉਹ ਹੋਵੇਗੀ। ਕਹਿੰਦੇ ਵੋਟ ਜਿਹੜੇ ਪਾਉਣ ਦੇ ਲਈ ਇੱਕ ਜਿਹੜੀ ਵੈਬਸਾਈਟ ਦੇ ਉੱਤੇ ਤੁਸੀਂ ਸੈਕਰਟਰੀ ਆਫ ਸਟੇਟ ਉੱਥੋਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੇ ਨਾਮ ਅਤੇ ਆਪਣੇ ਡੇਟ ਆਫ ਬਰਥ ਦੇ ਨਾਲ ਲੌਗਇਨ ਇੱਕ ਹਿਸਾਬ ਦੇ ਨਾਲ ਕਰਨਾ ਆ ਅਤੇ ਬੈਲਟ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ ਅਤੇ ਫਿਰ ਉਹ ਬੈਲਟ ਦੇ ਉੱਤੇ ਤੁਸੀਂ ਆਪਣੀ ਜਿਹੜੀ ਵੋਟ ਆ ਉਹ ਪਾ ਦੇਣੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਸਾਈਨ ਕਰਨੇ ਆ ਅਤੇ ਜਦ ਤੁਸੀਂ ਉਸ ਨੂੰ ਸਬਮਿਟ ਕਰਨਾ ਹੈ ਅਤੇ ਤੁਹਾਡੇ ਜਿਹੜੇ ਸਾਈਨ ਆ ਜਿਹੜੇ ਐਕਚੁਅਲ ਤੁਸੀਂ ਜਦੋਂ ਵੋਟ ਰਜਿਸਟਰ ਕੀਤੀ ਆ ਅਤੇ ਉਸ ਸਾਈਨ ਦੇ ਨਾਲ ਮੈਚ ਕੀਤੇ ਜਾਣਗੇ। ਜੇ ਤੁਹਾਡੇ ਸਾਈਨ ਮੈਚ ਹੋ ਜਾਣਗੇ ਤਾਂ ਫਿਰ ਇਹ ਜਿਹੜੀ ਬੈਲਟ ਆ ਉਸ ਨੂੰ ਉੱਥੇ ਪ੍ਰਿੰਟ ਕਰਕੇ ਫਿਰ ਉਹ ਕਾਊਂਟ ਕਰ ਲਿਆ ਜਾਵੇਗਾ। ਜੇ ਤੁਹਾਡੇ ਸਾਈਨ ਉੱਥੇ ਮੈਚ ਨਹੀਂ ਹੁੰਦੇ ਤਾਂ ਤੁਹਾਡੀ ਵੋਟ ਜਿਹੜੀ ਆ ਉਹ ਗਿਣੀ ਨਹੀਂ ਜਾਵੇਗੀ। ਸੋ ਇਹ ਜਿਹੜਾ ਇੱਕ ਬੜਾ ਅਹਿਮ ਇੱਕ ਫੈਸਲਾ ਹੈਗਾ ਆ ਅਤੇ ਜਿੱਦਾਂ ਆਪਾਂ ਦੱਸਿਆ ਵੀ ਲੈੱਸ ਦੈਨ 1% ਲੋਕਾਂ ਨੇ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਇਸ ਇਲੈਕਸ਼ਨ ਦੇ ਲਈ ਜਿਹੜੀ ਉੱਥੇ ਉਹਨਾਂ ਨੇ ਵੋਟਾਂ ਜਿਹੜੀਆਂ ਉਹ ਪਾਈਆਂ ਸੀਗੀਆਂ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਨੂੰ ਕੀ ਐਕਸਪੈਂਡ ਜਿਹੜਾ ਆ ਹੋਰ ਕੀਤਾ ਜਾਂਦਾ ਆ ਜਾਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਰੱਖਿਆ ਜਾਵੇਗਾ। ਅਤੇ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬਾਕੀ ਜਿਹੜੇ ਸਾਧਨ ਆ ਉਹਨਾਂ ਦੇ ਨਾਲ ਵੋਟ ਨਹੀਂ ਪਾ ਸਕਦੇ, ਉਹ ਉਸੇ ਤਰੀਕੇ ਦੇ ਨਾਲ ਜਿਹੜੇ ਕਨਵੈਨਸ਼ਨਲ ਮੈਥਡਸ ਹੈਗੇ ਆ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ ਵੀ ਤੁਸੀਂ ਆਪਣੇ ਬੂਥ 'ਤੇ ਜਾ ਕੇ ਵੀ ਜਿਹੜੀ ਆ ਵੋਟ ਆ ਉਹ ਪਾ ਸਕਦੇ ਹੈਗੇ ਆ। ਅਗਲੀ ਖਬਰ ਆਪਾਂ ਚੱਲੀਏ, ਜਿਹੜੇ UN ਦੇ ਐਕਸਪਰਟਸ ਆ ਉਹ ਕਹਿੰਦੇ ਵੀ ਜਿਹੜੇ ਸਾਊਦੀ ਦਾ ਕਰਾਊਨ ਪ੍ਰਿੰਸ ਸੀਗਾ ਉਹ ਜੈਫ ਬੀਜ਼ੋਸ ਜਿਹੜੇ ਐਮਾਜ਼ੋਨ ਦੇ ਮਾਲਕ ਹੈਗੇ ਆ CEO ਆ ਉਹਨਾਂ ਦੇ
ਫੋਨ ਨੂੰ ਹੈਕਿੰਗ ਦੇ ਵਿੱਚ ਉਹ ਇਨਵੋਲਵ ਸੀ। ਕਹਿੰਦੇ ਵੀ ਸੰਨ 2018 ਦੇ ਵਿੱਚ ਉਸ ਨੇ ਮਈ 2018 ਦੇ ਕਰੀਬ ਇੱਕ ਫਾਈਲ ਜਿਹੜੀ ਆ ਵਟਸਐਪ ਦੇ ਉੱਤੇ ਜੈਫ ਬੇਜ਼ੋ ਨੂੰ ਭੇਜੀ। ਉਹ ਤੋਂ ਬਾਅਦ ਜਿਹੜਾ ਉਸ ਦਾ ਫੋਨ ਜਿਹੜਾ ਉਹਨਾਂ ਨੇ ਹੈਕ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ ਉਸੇ ਸਾਲ ਜਿਹੜਾ ਜਮਾਲ ਖਸ਼ੋਗੀ ਆ ਉਹ ਵੀ ਜਿਹੜੇ ਸਾਊਦੀ ਦੇ ਏਜੰਟਸ ਆ ਉਹਨਾਂ ਵੱਲੋਂ ਉਸ ਨੂੰ ਟਰਕੀ ਦੇ ਵਿੱਚ ਜਿਹੜਾ ਉਹਨਾਂ ਦਾ ਕੌਂਸਲੇਟ ਆਫਿਸ ਸੀ ਉੱਥੇ ਮਾਰਿਆ ਗਿਆ ਸੀ। ਬਿਲਕੁਲ, ਕਹਿੰਦੇ ਇਸ ਦੇ ਜਮਾਲ ਖਸ਼ੋਗੀ ਦੀ ਮੌਤ ਤੋਂ 5 ਮਹੀਨੇ ਪਹਿਲਾਂ ਜਿਹੜਾ ਆ ਵਾਸ਼ਿੰਗਟਨ ਪੋਸਟ ਦਾ ਓਨਰ ਅਤੇ ਜਿਹੜਾ ਐਮਾਜ਼ੋਨ ਦਾ ਜਿਹੜਾ ਓਨਰ ਜੈਫ ਬੇਜ਼ੋਸ ਆ ਉਸ ਦਾ ਫੋਨ ਜਿਹੜਾ ਉਹ ਹੈਕ ਕਰਨ ਦੀ ਜਿਹੜੀ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਸੀਗੀ। ਅਤੇ ਸਾਊਦੀ ਅਰੇਬੀਆ ਨੇ ਇਸ ਰਿਪੋਰਟ ਦਾ ਜਿਹੜਾ ਉਹ ਖੰਡਨ ਕੀਤਾ ਹੈ। ਇਸ ਦੇ ਉੱਤੇ ਜਿਹੜੇ ਕਈ ਪੱਤਰਕਾਰਾਂ ਨੇ ਕਿਹਾ ਵੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਚਾਹੇ ਤੁਸੀਂ ਕਰਾ ਲਓ, ਜਿਹੜੇ ਸਾਊਦੀ ਅਰੇਬੀਆ ਨੇ ਕਿਹਾ ਵੀ ਚਾਹੇ ਇਨਵੈਸਟੀਗੇਸ਼ਨ ਕਰਾ ਲਓ। ਅਤੇ ਉਸ ਦੇ ਉੱਤੇ ਜਿਹੜੇ ਪੱਤਰਕਾਰ CNN ਦੇ ਜੇਕ ਟੈਪਰ ਉਹਨਾਂ ਨੇ ਆਖਿਆ ਵੀ ਜਿੰਨੇ ਤਾਂ ਭਾਈ ਇਨਵੈਸਟੀਗੇਸ਼ਨ ਕਰਨੀ ਉਹਨਾਂ ਨੂੰ ਤੁਸੀਂ ਟੋਟੇ ਟੋਟੇ ਕਰਕੇ ਜਿਹੜਾ ਉਹ ਮਾਰ ਦਿੱਤਾ ਵੀ ਹੁਣ ਇਨਵੈਸਟੀਗੇਸ਼ਨ ਜਿਹੜੀ ਉਹ ਕੌਣ ਜਿਹੜੀ ਉਹ ਕਰੇ। ਬਾਕੀ ਵੀ ਜਿਸ ਤਰੀਕੇ ਦੇ ਨਾਲ ਸਾਊਦੀ ਅਰੇਬੀਆ ਹਰਜੋਤ ਸਿੰਘ ਜੀ ਕਰਦਾ ਹੀ ਆ ਇੱਧਰੋਂ ਉੱਧਰੋਂ ਜਿਹੜੇ ਹੱਥ ਪੈਰ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਫਸਾਉਂਦਾ ਆ ਇਹ ਸਾਰਾ ਕੁਛ ਹੀ ਸਾਰਿਆਂ ਦੇ ਸਾਹਮਣੇ ਆ। ਪਰ ਇਹ ਹੁਣ ਇੱਕ ਵੱਡਾ ਜਿਹੜਾ ਇਹਨਾਂ ਦੇ ਉੱਤੇ ਦੋਸ਼ ਜਿਹੜਾ ਲਾਇਆ ਆ। ਅਤੇ ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਨਾਲ ਇਹਦੇ ਵਿੱਚ ਨਾ ਇੱਕ ਦੋ ਚੀਜ਼ਾਂ ਜਿਹੜੀਆਂ ਹੋਰ ਵੀ ਜਿਹੜੀਆਂ ਹੈਗੀਆਂ ਆ ਵੀ ਜੇ ਜੈਫ ਬੇਜ਼ੋਸ ਜਿਹੜਾ ਟੈਕਨੋਲੋਜੀ ਦੇ ਵਿੱਚ ਜਿੰਨੀਆਂ ਕੰਪਨੀ ਹੈਗੀ ਆ ਵੀ ਇੰਨੇ ਜਿਹੜੇ ਉਹ ਕਹਿ ਲਓ ਵੀ ਮਾਹਰ ਹੈਗੇ ਨੇ ਸਾਰਾ ਕੁਛ ਹੈਗੇ ਨੇ ਵੀ ਉਹਨਾਂ ਦੇ ਫੋਨ ਵੀ ਸੇਫ ਨਹੀਂ ਆ। ਸੋ ਹਰ ਇੱਕ ਨੂੰ ਆਪਣੇ ਜਿਹੜੀ ਸਿਕਿਉਰਿਟੀ ਦਾ ਆਪਣੀ ਜਿਹੜੀ ਪ੍ਰਾਈਵੇਸੀ ਦਾ ਨਿੱਜਤਾ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਖੁਦ ਜਿਹੜਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਹਾਂ, ਚਾਹੇ ਜਿਹੜਾ ਮਰਜ਼ੀ ਕੋਈ ਕਹੇ ਵੀ ਮੇਰੇ ਕੋਲ ਕਿਹੜਾ ਕੁਛ ਹੈਗਾ ਜਾਂ ਮੇਰੇ ਕੋਲ ਕੀ ਆ, ਪਰ ਯੂ ਨੈਵਰ ਨੋ। ਸੋ ਫਿਰ ਵੀ ਤੁਹਾਡੀ ਪ੍ਰਾਈਵੇਸੀ ਤੁਹਾਡੀ ਆਪਣੀ ਆ, ਤੁਹਾਡੇ ਨਿੱਜੀ ਚੀਜ਼ਾਂ ਜਿਹੜੀਆਂ ਤੁਹਾਡੀਆਂ ਨਿੱਜੀ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਰੱਖਣ ਦੀ ਕੋਸ਼ਿਸ਼ ਉਹ ਕਰਨੀ ਚਾਹੀਦੀ ਹੈਗੀ ਆ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਕਰੋਪੀ ਆਈ ਹੋਈ ਆ ਪਿਛਲੇ ਸਾਲਾਂ ਦੇ ਵਿੱਚ। ਪਹਿਲਾਂ ਬਹੁਤ ਜ਼ਿਆਦਾ ਉੱਥੇ ਅੱਗਾਂ ਲੱਗੀਆਂ, ਫਲੱਡ ਆਏ, ਅਤੇ ਹੁਣ ਉਹਨਾਂ ਨੂੰ ਇੱਕ ਨਵੀਂ ਪ੍ਰੋਬਲਮ ਜਿਹੜੀ ਆਸਟ੍ਰੇਲੀਆ 'ਚ ਆ ਰਹੀ ਆ, ਫਨਲ ਵੈੱਬ ਸਪਾਈਡਰਸ ਦੀ। ਇਹ ਕਹਿੰਦੇ ਵੀ ਵੈੱਬ ਸਪਾਈਡਰਸ ਜਿਹੜੇ ਹੈਗੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ 'ਚ ਫੈਲ ਰਹੇ ਆ ਅਤੇ ਬੜੇ ਖਤਰਨਾਕ ਆ। ਕਹਿੰਦੇ ਵੀ ਇਹ ਹਿਊਮਨਸ ਨੂੰ ਵੀ, ਬੰਦਿਆਂ ਨੂੰ ਵੀ ਜਾਣੀ ਕਿ ਡੰਗ ਮਾਰ ਸਕਦੇ ਆ ਅਤੇ ਉਸ ਨੂੰ ਇਮੀਜੀਏਟਲੀ ਜਿਹੜਾ ਟ੍ਰੀਟ ਕਰਨਾ ਪਵੇਗਾ ਕਿਉਂਕਿ ਜਿਹੜੀ ਉਹਨਾਂ ਦੀ ਜ਼ਹਿਰ ਆ ਕਹਿੰਦੇ ਬਹੁਤ ਖਤਰਨਾਕ ਹੈਗੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਹਾਂ, ਫਰੈਜ਼ਨੋ ਦੇ ਵਿੱਚ 2020 ਦਾ ਜਿਹੜਾ ਪਹਿਲਾ ਹੋਮੋਸਾਈਡ ਉੱਥੇ ਹੋਇਆ ਆ, ਮਰਡਰ ਜਿਹੜਾ ਉੱਥੇ ਹੋਇਆ ਆ, ਅਤੇ ਉਸ ਮਰਡਰ ਦੇ ਵਿੱਚ ਦੋ ਜਿਹੜੇ ਟੀਨੇਜਰ, ਇੱਕ 14 ਅਤੇ ਇੱਕ 16 ਸਾਲ ਦਾ ਜਿਹੜਾ ਆ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਉਹਨਾਂ ਦੇ ਨਾਮ ਤਾਂ ਨਹੀਂ ਜਿਹੜੇ ਅਜੇ ਦੱਸੇ ਗਏ ਕਿਉਂਕਿ ਉਹਨਾਂ ਦੀ ਉਮਰ 18 ਤੋਂ ਜਿਹੜੀ ਉਹ ਘੱਟ ਹੈਗੀ ਆ, ਪਰ ਕਹਿੰਦੇ ਬੀਤੇ ਸ਼ੁੱਕਰਵਾਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਮਰਡਰ ਦੇ ਜਿਹੜੇ ਚਾਰਜਿਸ, ਅਸੋਲਟ ਵਿਦ ਡੈਡਲੀ ਵੈਪਨ ਅਤੇ ਹੋਰ ਕਈ ਫੈਲਨਲੀ ਚਾਰਜਿਸ ਜਿਹੜੇ ਆ, ਫੈਲਨੀ ਚਾਰਜਿਸ ਜਿਹੜੇ ਉਹਨਾਂ ਦੇ ਉੱਤੇ ਲਾਏ ਗਏ ਹੈਗੇ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਇਹਨਾਂ ਦੋਨਾਂ ਦੇ ਉੱਤੇ 18 ਸਾਲਾਂ ਦਾ ਡੀਜ਼ੋਨ ਚੇਟਮ ਦੀ ਮੌਤ ਦਾ ਅਤੇ 17 ਸਾਲਾਂ ਦਾ ਜਿਹੜਾ ਕ੍ਰਿਸਟੀਅਨ ਰੋਬਰਟਸ ਉਸ ਨੂੰ ਇੰਜਰ ਕਰਨ ਦਾ ਜਿਹੜਾ ਆ ਦੋਸ਼ ਜਿਹੜੇ ਇਹਨਾਂ ਦੇ ਉੱਤੇ ਹੈਗੇ ਆ। ਟੇਲਰ ਐਵੀਨਿਊ 5th ਸਟਰੀਟ ਦੇ ਉੱਤੇ ਇਹ ਗੋਲੀਬਾਰੀ ਦੀ ਘਟਨਾ ਜਿਹੜੇ ਉਹ ਵਾਪਰੀ ਸੀ। ਜੀ, ਇਸੇ ਤਰ੍ਹਾਂ ਫਰਿਜ਼ਨੋ ਤੋਂ ਇੱਕ ਹੋਰ ਖਬਰ ਆ ਰਹੀ ਆ। ਫਰਿਜ਼ਨੋ ਦੇ ਵਿੱਚ ਇੱਕ ਬੰਦੇ ਵੱਲੋਂ ਲਾਸੂਟ ਫਾਈਲ ਕੀਤਾ ਗਿਆ, ਖਾਸ ਕਰਕੇ ਉਹ ਸੈਕਸ ਅਫੈਂਡਰ ਹੀ ਹੈਗਾ ਆ, ਵੀ ਮੈਨੂੰ ਜਿਹੜਾ ਆ ਸਕੂਲਾਂ ਦੇ ਲਾਗੇ ਰਹਿਣ ਦਿੱਤਾ ਜਾਵੇ। ਫਰਿਜ਼ਨੋ ਜਿਹੜਾ ਹੈਗਾ ਆ ਕੌਂਟੀ ਆ, ਉਹਦੇ ਮੁਤਾਬਕ ਜਿਹੜੇ ਕੋਈ ਵੀ ਪਾਰਕ ਆ ਫਰਿਜ਼ਨੋ ਦਾ ਜਾਂ ਸਕੂਲ ਆ, ਉਸ ਤੋਂ 3000 ਫੁੱਟ ਤੋਂ ਦੂਰ ਹੀ ਕੋਈ ਸੈਕਸ ਅਫੈਂਡਰ ਜਿਹੜਾ ਰਹਿ ਸਕਦਾ ਹੈਗਾ ਆ। ਪਰ ਜੀ, ਇਹ ਬੰਦਾ ਸੈਕਰਾਮੈਂਟੋ ਤੋਂ ਮੂਵ ਹੋਇਆ ਅਤੇ ਸੈਕਰਾਮੈਂਟੋ ਏਰੀਏ ਦਾ ਹੀ ਇੱਕ ਅਟੋਰਨੀ ਆ ਜਿਹੜਾ ਇਹਨੂੰ ਰੀਪ੍ਰਜੈਂਟ ਕਰ ਰਿਹਾ, ਉਹ ਕਹਿੰਦੇ ਵੀ ਮੈਨੂੰ ਅਲਾਓ ਕਰਨ ਦਿੱਤਾ ਜਾਵੇ ਲਾਗੇ ਰਹਿਣ ਦੇ ਲਈ। ਸੋ ਇਹ ਆਪਣੇ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ, ਜਿਹੜੇ ਬੱਚੇ ਜਾਂਦੇ ਜ਼ਰੂਰ ਸਰਚ ਕਰਿਆ ਕਰੋ, ਇਕੱਲਾ ਸਕੂਲ ਜਾਂ ਪਾਰਕ ਨਹੀਂ ਆਪਣੇ ਗੁਰੂ ਘਰ ਮੰਦਰ ਜਿਹੜੇ ਉਹ ਵੀ ਸਰਚ ਕਰਿਆ ਕਰੋ। ਆਪਣੀ ਕਮਿਊਨਿਟੀ ਦੇ ਵੀ ਕਈ ਜਿਹੜੇ ਗੰਦੇ ਲੋਕ ਆ ਇਸ ਲਿਸਟ ਦੇ ਵਿੱਚ ਹੈਗੇ ਆ। ਸੋ ਬਹੁਤ ਜ਼ਿਆਦਾ ਜਿਹੜਾ ਆਪਾਂ ਨੂੰ ਕੇਅਰਫੁੱਲ ਰਹਿਣਾ ਚਾਹੀਦਾ। ਬੜਾ ਈਜ਼ੀ ਆ, ਕੈਲੀਫੋਰਨੀਆ ਤੁਸੀਂ ਗੂਗਲ ਸਰਚ ਕਰਕੇ ਨਾ ਸੈਕਸ ਅਫੈਂਡਰ ਲਿਸਟ ਸਰਚ ਕਰ ਸਕਦੇ ਹੋ, ਲਾਸਟ ਨਾ ਪਾ ਲਓ, ਫਸਟ ਨਾ ਪਾ ਲਓ, ਤੁਹਾਨੂੰ ਸਾਰੀ ਲਿਸਟ ਦਿਸ ਜਾਣੀ ਹੈਗੀ ਆ। ਬਿਲਕੁਲ, ਆਪਣਾ ਤੁਸੀਂ ਜਿਹੜਾ ਐਡਰੈਸ ਪਾਓਗੇ ਅਤੇ ਉਹਦੇ ਇਰਦ ਗਿਰਦ ਜਿਹੜੇ ਉਹ ਤੁਹਾਨੂੰ ਉਹ ਦਿਖਾ ਦਿੰਦੇ ਨੇ ਵੀ ਤੁਹਾਡੇ ਇਰਦ ਗਿਰਦ ਕਿਹੜੇ ਜਿਹੜੇ ਲੋਕ ਉਹ ਰਹਿੰਦੇ ਨੇ। ਬਿਲਕੁਲ, ਉਹਨਾਂ ਦਾ ਨਾਮ, ਉਹਨਾਂ ਦੀ ਤਸਵੀਰ ਜਿਹੜੀਆਂ ਉਹ ਸਾਹਮਣੇ ਉਹ ਹੁੰਦੀਆਂ ਨੇ ਅਤੇ ਬੰਦਾ ਜਿਹੜਾ ਉਹ ਬਚਾਅ ਰੱਖਦਾ ਵੀ ਇਹਨਾਂ ਲੋਕਾਂ ਦੇ ਜਿਹੜਾ ਉਹ ਨਜ਼ਦੀਕ, ਖਾਸ ਕਰਕੇ ਬੱਚਿਆਂ ਨੂੰ ਉਹਨਾਂ ਦੇ ਇਰਦ ਗਿਰਦ ਜਿਹੜਾ ਉਹ
ਨਾਂ ਜਾਣ ਦਿੱਤਾ ਜਾਵੇ। ਬਹੁਤ ਅਹਿਮ ਜਿਹੜੀ ਇਹ ਚੀਜ਼ ਹੈ, ਜਿਹੜਾ ਮੇਗਨਸ ਲਾ ਜਿਹੜਾ ਬਣਿਆ ਸੀਗਾ ਉਹ ਇਸੇ ਕਰਕੇ ਹੀ ਇੱਕ ਜਿਹੜਾ ਫੈਡਰਲ ਲਾ ਜਿਹੜਾ ਉਹ ਬਣਿਆ ਆ, ਵੀ ਜ਼ਰੂਰੀ ਆ ਵੀ ਇੱਦਾਂ ਦੇ ਜਿਹੜੇ ਕਹਿ ਲਓ ਵੀ ਬੰਦੇ ਜਿਹੜੇ ਹੈਗੇ ਆ ਖਰਾਬ ਨੇ, ਬੰਦੇ ਬੀਬੀਆਂ ਵੀ ਆ ਵਿੱਚ, ਜਿਹੜਾ ਕੋਈ ਵੀ ਜਿਹੜਾ ਹੋ ਸਕਦਾ ਨੇ ਵੀ ਉਹ ਇੱਦਾਂ ਦੇ ਜਿਹੜੇ ਹੈਗੇ ਨੇ, ਵੀ ਉਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਇਰਦ ਗਿਰਦ ਕਿੱਦਾਂ ਦੇ ਲੋਕ ਰਹਿ ਰਹੇ ਨੇ। ਬਹੁਤੇ ਲੋਕਾਂ ਨੂੰ ਜਿਹੜਾ ਇਸ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ। ਮੇਗਨ ਕੈਂਕਾ ਕਰਕੇ ਇੱਕ ਬੱਚੀ ਸੀਗੀ ਜਿਸ ਦੇ ਮਰਡਰ ਤੋਂ ਬਾਅਦ ਦੇ ਵਿੱਚ ਇਹ ਲਾ ਜਿਹੜਾ ਹੋਣ ਦੇ ਵਿੱਚ ਆਇਆ ਸੀਗਾ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕੁਛ ਕੁ ਜਿਹੜੀਆਂ ਡਰੱਗਸ ਹੈਗੀਆਂ ਆ, ਪੇਨ ਕਿਲਰਸ ਆ, ਉਹਨਾਂ ਨੂੰ ਕੈਲੀਫੋਰਨੀਆ ਸਟੇਟ ਜਿਹੜੀ ਆ ਕਾਰਸੀਨੋਜਨ ਡਿਕਲੇਅਰ ਕਰਨ ਜਾ ਰਹੀ ਆ ਵੀ ਇਹਦੇ ਨਾਲ ਜਿਹੜਾ ਤੁਹਾਡੀ ਜਿਹੜਾ ਸਿਹਤ ਨੂੰ ਖਤਰਾ ਹੋ ਸਕਦਾ ਹੈਗਾ ਆ। ਇੱਕ ਦਵਾਈ ਜਿਹੜੀ ਆ ਅਸੀਟਾਮਿਨੋਫਿਨ ਕਰਕੇ ਦੱਸਿਆ ਜਾਂਦਾ, ਕਹਿੰਦੇ ਵੀ ਇਹ ਕਾਊਂਟਰ 'ਤੇ ਮਿਲ ਜਾਂਦੀ ਹੈਗੀ ਆ, ਪ੍ਰਿਸਕ੍ਰਾਈਬ ਵੀ ਨਹੀਂ ਕਰਾਉਣੀ ਪੈਂਦੀ ਹੈਗੀ। ਸੋ ਪਲੀਜ਼ ਇਹ ਜ਼ਰੂਰ, ਇਹ ਤਾਂ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਹੈ ਪੇਨ ਕਿਲਰ ਦੇ ਵਿੱਚ, ਉਹਦੇ ਬੁਖਾਰ ਅਤੇ ਅਸੀਟਾਮਿਨੋਫਿਨ ਜਿਹੜਾ ਮੇਨ ਜਿਹੜਾ ਕਹਿ ਲਓ ਵੀ ਸਾਲਟ ਹੁੰਦਾ ਹੈ ਦਵਾਈਆਂ ਦੇ ਵਿੱਚ। ਸੋ ਕਾਫ਼ੀ ਜਿਹੜਾ ਲੋਕਾਂ ਨੂੰ 133 ਸਟੱਡੀਜ਼ ਜਿਹੜੀਆਂ ਸਟੇਟ ਰੈਗੂਲੇਟਰਸ ਨੇ ਰਿਵਿਊ ਕੀਤੀਆਂ ਅਸੀਟਾਮਿਨੋਫਿਨ ਦੀਆਂ, ਵੀ ਇਹ ਜਿਹੜੀ ਆ ਇਹ ਖਤਰਨਾਕ ਆ, ਇਹ ਗੁੱਡ ਨਹੀਂ ਹੈਗੀ, ਇਹਦੇ ਨਾਲ ਤੁਹਾਡੇ 'ਤੇ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹੈਗੇ ਆ। ਸੋ ਇਸ ਨੂੰ ਆਈ ਥਿੰਕ ਇਹਦਾ ਲੈਵਲ ਦਾ ਜਿਹੜਾ ਦੇਖਣ ਦੀ ਆ ਵੀ ਕਿਹੜੀ ਕਿੰਨੀ ਮਾਤਰਾ ਦੀ ਜਿਹੜੀ ਆ ਤੁਸੀਂ ਉਹ ਜਿਹੜੀ ਉਹ ਲੈਂਦੇ ਆ। ਸੋ ਜ਼ਰੂਰ ਜੇ ਤੁਹਾਡਾ ਕੋਈ ਫਿਜ਼ੀਸ਼ੀਅਨ ਹੈਗਾ ਉਹਨੂੰ ਪੁੱਛ ਲਓ ਵੀ, ਕਿਉਂਕਿ ਕਈ ਵਾਰੀ ਐਂਟੀਫਲੇਮੇਟਰੀ ਜਿਹੜੀ ਚਾਹੀਦੀ ਹੁੰਦੀ ਆ ਤੁਹਾਨੂੰ ਦਵਾਈ, ਕਈ ਵਾਰੀ ਜਿਹੜੀ ਆ ਤੁਹਾਨੂੰ ਉਸ ਤੋਂ ਬਗੈਰ ਦਾ ਜਿਹੜਾ ਉਹ ਕੰਮ ਚੱਲ ਜਾਂਦਾ, ਕਈ ਵਾਰੀ ਬੰਦਾ ਆਈਬੂਪ੍ਰੋਫਨ ਜਿਹੜਾ ਆ ਉਹ ਲੈ ਲੈਂਦਾ। ਸੋ ਜ਼ਰੂਰ ਮੇਕ ਸ਼ੋਰ ਕਰੋ ਵੀ ਬੀਪੀ ਵਾਲੇ ਬੰਦੇ ਕਿਹੜੇ ਲੈ ਸਕਦੇ ਆ, ਸ਼ੂਗਰ ਵਾਲੇ ਕਿਹੜੇ ਲੈ ਸਕਦੇ, ਆਪਣੀ ਫਿਜ਼ੀਸ਼ੀਅਨ ਨੂੰ ਇਸ ਚੀਜ਼ ਤੋਂ ਜਿਹੜਾ ਜ਼ਰੂਰ ਇੱਕ ਵਾਰੀ ਪੁੱਛ ਲੈਣਾ ਚਾਹੀਦਾ ਆ ਵੀ ਤੁਹਾਡੇ ਲਈ ਜਿਹੜੀ ਕਿਹੜੀ ਚੀਜ਼ ਜਿਹੜੀ ਉਹ ਬੈਟਰ ਆ, ਜੇ ਉਹ ਪ੍ਰਿਸਕ੍ਰਾਈਬ ਕਰਦੇ ਨੇ ਜਾਂ ਜਿਹੜੀ ਉਹ ਵੀ, ਕਿਉਂਕਿ ਇਹ ਪ੍ਰਿਸਕ੍ਰਿਪਸ਼ਨ ਨਹੀਂ ਓਵਰ ਦਾ ਕਾਊਂਟਰ ਹੀ ਜਿਹੜੀ ਮਿਲਦੀ ਆ, ਜਿਹੜੀ ਵੀ ਉਹ ਆਖਦੇ ਨੇ ਫਿਰ ਉਸ ਹਿਸਾਬ ਦੇ ਨਾਲ ਜਿਹੜੀ ਉਹ ਤੁਸੀਂ ਲੈ ਸਕਦੇ ਆ, ਤਾਂ ਜੋ ਸਾਈਡ ਇਫੈਕਟ ਤੁਹਾਨੂੰ ਨਾ ਹੋਣ। ਸੋ ਬਿਲਕੁਲ, ਕੈਲੀਫੋਰਨੀਆ ਦੇ ਵਿੱਚ ਇਹ ਲਾ ਆ ਵੀ ਜਿਹੜਾ ਕੋਈ ਵੀ ਦਵਾਈ ਜਾਂ ਕੋਈ ਵੀ ਕੈਮੀਕਲ ਜਿਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਫੈਕਟ ਹੋ ਸਕਦਾ ਆ, ਕਾਰਸੀਨੋਜਨ ਹੈਗਾ ਆ, ਅਤੇ ਉਸ ਨੂੰ ਜਿਹੜਾ ਆ ਉਹ ਬੈਨ ਕਰ ਸਕਦੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਜਿਹੜਾ ਲਾਸੂਟ ਫਾਈਲ ਹੋਇਆ ਸੀਗਾ ਰਾਊਂਡ ਅਪ ਦੇ ਅਗੇਂਸਟ, ਜਿਹੜਾ ਵੀਡ ਕਿਲਰ ਰਾਊਂਡ ਅਪ ਇਹ ਆਮ ਅਸੀਂ ਸਾਰੇ ਖੇਤਾਂ 'ਚ ਵੀ ਯੂਜ਼ ਕਰਦੇ, ਘਰਾਂ 'ਚ ਵੀ, ਇੰਡੀਆ ਤਾਂ ਮੈਂ ਦੇਖਿਆ ਆਮ ਹੀ ਯੂਜ਼ ਕਰੀ ਜਾਂਦੇ ਆ। ਸੋ ਜਿਹੜੀ ਕੈਲੀਫੋਰਨੀਆ ਦੀ ਜੂਰੀ ਨੇ $2 billion ਦਾ ਜਿਹੜਾ ਆ ਇਹ ਸੈਟਲਮੈਂਟ ਕੀਤੀ ਸੀ, ਉਹ ਜਿਹੜਾ ਇਸ਼ੂ ਕੀਤਾ ਸੀ, ਅਤੇ ਜੱਜ ਨੇ ਬਾਅਦ ਦੇ ਵਿੱਚ ਇਹ ਜਿਹੜਾ ਅਵਾਰਡ ਆ ਉਸ ਨੂੰ 87 million ਤੇ ਰਿਡਿਊਸ ਕਰ ਦਿੱਤਾ ਸੀ। ਅਤੇ ਇਹ ਇੱਕ ਕੇਸ ਹੈਗਾ 13,000 ਦੇ ਕਰੀਬ ਪੈਂਡਿੰਗ ਲਾਸੂਟਸ ਹੈਗੇ ਆ ਜਿਹੜੇ ਕੈਮੀਕਲਸ ਇਨਵੋਲਵ ਨੂੰ ਲੈ ਕੇ ਹੈਗੇ। ਜੀ ਜੀ, ਅਤੇ ਸਮਾਂ ਵੀ ਆਪਣੇ ਇਹ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵਾਲਾ, ਅਤੇ ਦੱਸ ਜਾਏ ਵੀ US ਸੁਪਰੀਮ ਕੋਰਟ ਆ ਕਹਿੰਦੇ ਵੀ ਆਉਂਦੇ ਜਿਹੜੇ ਆਪਣੇ ਜਿਹੜੇ ਬੁੱਧਵਾਰ ਨੂੰ ਇੱਕ ਮੇਜਰ ਕੇਸ ਜਿਹੜਾ ਸੈਪਰੇਸ਼ਨ ਆਫ ਚਰਚ ਅਤੇ ਸਟੇਟ ਆ ਉਸ ਨੂੰ ਲੈ ਕੇ ਆ, ਉਸ ਦੀ ਸੁਣਵਾਈ ਲੈਣ ਦੇ ਲਈ ਉਹਨਾਂ ਨੇ ਹਾਮੀ ਭਰ ਦਿੱਤੀ ਹੈ। ਖਾਸ ਕਰਕੇ ਜਿਹੜੇ ਰਿਲੀਜੀਅਸ ਸਕੂਲਸ ਦਾ ਕੇਸ ਹੈਗਾ ਮੋਂਟੈਨਾ ਦੇ ਵਿੱਚ, ਉਹਨਾਂ ਨੂੰ ਜਿਹੜੀ ਕਹਿੰਦੇ ਵੀ ਉਸ ਦੀ ਸੁਣਵਾਈ ਉਹ ਲੈਣ ਜਾ ਰਹੇ ਹੈਗੇ ਨੇ। ਮੋਂਟੈਨਾ ਸਟੇਟ ਦੇ ਵਿੱਚ ਕੰਸਟੀਟਿਊਸ਼ਨਲ ਅਮੈਂਡਮੈਂਟ ਜਿਹੜਾ ਉਹ ਸੀਗਾ ਵੀ ਜਿਹੜਾ ਰੋਕਦਾ ਸੀਗਾ ਡਾਇਰੈਕਟ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜੀ ਟੈਕਸਪੇਅਰ ਏਡ ਆ ਉਹ ਰਿਲੀਜੀਅਸ ਇੰਸਟੀਟਿਊਸ਼ਨ ਨੂੰ ਜਿਹੜੀ ਉਹ ਨਾ ਜਾਵੇ, ਅਤੇ ਹੁਣ ਜਿਹੜੇ ਕੰਜ਼ਰਵੇਟਿਵ ਰਿਲੀਜੀਅਸ ਗਰੁੱਪਸ ਹੈਗੇ ਆ, ਐਡਵੋਕੇਟ ਹੈਗੇ ਨੇ ਉਹਨਾਂ ਸਕੂਲਸ ਦੇ, ਉਹ ਹੁਣ ਇਸ ਨੂੰ ਵੀ ਕਿਸੇ ਤਰੀਕੇ ਦੀ ਉਹਨਾਂ ਨੂੰ ਸਹਾਇਤਾ ਨਾ ਮਿਲੇ, ਟੈਕਸਪੇਅਰ ਮਨੀ ਨਾ ਮਿਲੇ, ਉਸ ਨੋ ਏਡ ਪ੍ਰੋਵੀਜ਼ਨ ਦੇ ਖਿਲਾਫ ਜਿਹੜੇ ਅਦਾਲਤ ਦੇ ਵਿੱਚ ਗਏ ਸੀਗੇ, ਅਤੇ ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਆ, ਅਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਇਹ ਲੱਗ ਰਿਹਾ ਆ ਵੀ ਇਸ ਤਰੀਕੇ ਦੇ ਨਾਲ ਵੀ ਕੰਜ਼ਰਵੇਟਿਵ, ਕਿਉਂਕਿ ਆਪਣੇ ਬੈਂਚ ਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਜਿਹੜੇ ਉਹਨਾਂ ਦੀ ਮੈਜੋਰਟੀ ਆ ਵੀ ਇਸ ਦੇ ਹੱਕ ਦੇ ਵਿੱਚ ਜਿਹੜਾ ਜਸਟਿਸਿਸ ਦੀ ਉਸ ਦੇ ਹੱਕ ਦੇ ਵਿੱਚ ਜਿਹੜੀ ਉਹ ਜਾ ਸਕਦੀ ਆ। ਇਹਦੇ ਨਾਲ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਆ ਫਿਰ ਹੋਰ ਰਿਲੀਜੀਅਸ ਸਕੂਲਾਂ ਲਈ ਵੀ ਰਾਹ ਖੁੱਲੂਗਾ, ਇਹ ਇੱਕ ਜਿਹੜਾ ਵੱਡਾ ਸਵਾਲ ਆ ਕਿ ਸਿਰਫ ਕੀ ਕ੍ਰਿਸਚਨ ਸਕੂਲਾਂ ਨੂੰ ਹੀ ਜਿਹੜੇ ਆ ਉਹ ਜਿਹੜੀ ਟੈਕਸਪੇਅਰ ਮਨੀ ਮਿਲੂਗੀ, ਅਤੇ ਕੀ ਜੇ ਕੋਈ ਸਿੱਖ ਜਾਂ ਕੋਈ ਮੁਸਲਿਮ ਜਾਂ ਕੋਈ ਕੋਈ ਹਿੰਦੂ ਆਪਣਾ ਉਸ ਰਿਲੀਜੀਅਸ ਸਕੂਲ ਨੂੰ ਬਣਾਉਣਾ ਚਾਹੁੰਦੇ ਆ, ਕੀ ਟੈਕਸਪੇਅਰ ਮਨੀ ਉਸ ਦੇ ਉੱਤੇ ਦਿੱਤੀ ਜਿਹੜੀ ਉਹਨਾਂ ਨੂੰ ਜਾ ਸਕੇਗੀ ਜੇ ਅਪਰੂਵ ਹੁੰਦਾ ਆ, ਅਤੇ ਜੇ ਅਪਰੂਵ ਹੁੰਦਾ ਹੈ ਤਾਂ ਕੀ ਜਿਹੜੇ ਮੈਜੋਰਟੀ ਵਾਲੇ ਉਹ ਲਾਈਕ ਕਰਨਗੇ ਵੀ ਜਿਹੜੇ ਮਾਈਨੋਰਟੀਜ਼ ਵਾਲੇ ਸਕੂਲਾਂ ਰਿਲੀਜੀਅਸ ਵਾਲੇ ਆ ਕਿ ਉਹਨਾਂ ਨੂੰ ਜਿਹੜੇ ਡਾਲਰ ਜਿਹੜੇ ਉਹ ਜਾਣ, ਕਿਉਂਕਿ ਇੱਕ ਕਾਫੀ ਵੱਡੀ ਲੀਗਲ ਬੈਲ ਜਿਹੜੀ ਆ ਉਹ ਬੈਟਲ ਤਾਂ ਹੈਗੀ ਓ ਹੈਗੀ ਆ, ਉਸ ਦੇ ਨਾਲ ਨਾਲ ਇਹਦੇ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਕੁਛ ਹੋਰ ਹੋ ਸਕਦਾ ਉਹ ਵੀ ਕਾਫੀ ਕੁਛ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ। ਸੋ 12 ਕਹਿੰਦੇ ਆ
ਰਿਲੀਜੀਅਸ ਸਕੂਲ ਉੱਥੇ ਜਿਹੜੇ ਉਹ ਮੋਂਟੈਨਾ ਦੇ ਵਿੱਚ ਅਜਿਹੇ ਹੈਗੇ ਨੇ ਜਿਹੜੇ ਮੰਗ ਕਰ ਰਹੇ ਆ ਵੀ ਸਾਨੂੰ ਵੀ ਜਿਹੜੀ ਟੈਕਸ ਪੇਅਰ ਮਨੀ ਆ ਉਹ ਮਿਲਣੀ ਚਾਹੀਦੀ ਹੈਗੀ। ਜਾਂਦੇ ਜਾਂਦੇ ਹੈਰਿਸ ਕਾਉਂਟੀ ਨੇ ਇੱਕ ਜਿਹੜਾ ਦਸਤਾਰਧਾਰੀ ਸਿੱਖ ਹੈਗਾ ਅੰਮ੍ਰਿਤ ਸਿੰਘ, ਉਸ ਨੂੰ ਜਿਹੜਾ ਹਾਇਰ ਕੀਤਾ ਹੈਗਾ ਆ। ਉਸਨੇ ਆਲਰੇਡੀ ਆਪਣੀ ਜਿਹੜੀ ਸਹੁੰ ਚੁੱਕ ਲਈ ਆ ਡਿਪਟੀ ਕੌਂਸਟੇਬਲ ਦੀ। ਸੋ ਇਹ ਹੈਰਿਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਪਹਿਲਾ ਜਿਹੜਾ ਹੈ ਦਸਤਾਰਧਾਰੀ। ਹਾਂਜੀ ਬਿਲਕੁਲ, ਇਸ ਤੋਂ ਪਹਿਲਾਂ ਜਿਹੜੇ ਆਪਣੇ ਸੰਦੀਪ ਸਿੰਘ ਧਾਲੀਵਾਲ ਜਿਹੜੇ ਉਹ ਸੀਗੇ, ਸੋ ਉਹਨਾਂ ਨੂੰ ਤਾਂ ਹੀ ਜਿਹੜਾ ਟ੍ਰੇਲ ਬਲੇਜ਼ਰ ਆਖਿਆ ਜਾਂਦਾ ਵੀ ਉਹਨਾਂ ਨੇ ਜਿਹੜਾ ਸਾਰੇ ਹੋਰ ਜਿਹੜੇ ਸਿੰਘਾਂ ਦੇ ਲਈ ਆਪਣੇ ਕਹਿ ਲਓ ਵੀ ਸਿੱਖੀ ਸਰੂਪ ਦੇ ਵਿੱਚ ਜਿਹੜੇ ਇਸ ਸਰਵਿਸ ਦੇ ਵਿੱਚ ਜਾਣਾ ਚਾਹੁੰਦੇ ਨੇ ਵੀ ਉਹ ਉਸ ਦੇ ਵਿੱਚ ਜਾਣ ਦੇ ਲਈ ਉਹਨਾਂ ਨੇ ਰਾਹ ਪੱਧਰਾ ਕੀਤਾ ਹੈ। ਸਲੂਟ ਆ ਸੰਦੀਪ ਸਿੰਘ ਧਾਲੀਵਾਲ ਨੂੰ, ਅਤੇ ਧੰਨਵਾਦ ਕਰਦੇ ਹਾਂ ਇਸ ਕਾਉਂਟੀ ਦਾ ਡਿਪਾਰਟਮੈਂਟ ਦਾ ਜਿਹੜੇ ਅਲਾਓ ਇਸ ਤਰੀਕੇ ਦੇ ਨਾਲ ਕਰ ਰਹੇ। ਹੋਰ ਵੀ ਬਹੁਤ ਸਾਰੇ ਜਿਹੜੀਆਂ ਹੁਣ ਕਾਉਂਟੀਜ਼ ਸਿਟੀਜ਼ ਜਿਹੜੇ ਆ ਉਹ ਹੁਣ ਅਲਾਓ ਕਰਦੇ ਨੇ, ਸੋ ਜਿਹੜੇ ਕੋਈ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਨੇ ਹੁਣ ਇਹ ਸਮਾਂ ਬਿਲਕੁਲ ਗੁੱਡ ਹੈਗਾ ਆ ਵੀ ਤੁਸੀਂ ਆਪਣਾ ਜਿਹੜਾ ਕਰੀਅਰ ਆ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਸੋਚ ਸਕਦੇ ਹਾਂ। ਅਤੇ ਹੁਣ ਆਪਾਂ ਜਾਂਚ ਲੈਂਦੇ ਮੇਰੇ ਰਾਜਕਰਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ, ਜਿਹਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM।